ਹੈਲੋ एवरीवन ਗਿਲਸ 멘ਟਰ ਦੇ ਅਫੀਸ਼ੀਅਲ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਪੰਜਾਬ ਪਟਵਾਰ ਐਗਜ਼ਾਮੀਨੇਸ਼ਨ ਲਈ ਪੰਜਾਬੀ ਗ੍ਰਾਮਰ ਦਾ ਪਹਿਲਾ ਲੈਕਚਰ ਸਟਾਰਟ ਕਰਨ ਲੱਗੇ ਹਾਂ ਆ ਤੁਹਾਨੂੰ ਮੈਂ ਪੰਜਾਬੀ ਗ੍ਰਾਮਰ ਸਟਾਰਟ ਕਰਾਉਣ ਲੱਗਾ ਜਿਵੇਂ ਮੈਂ ਤੁਹਾਨੂੰ ਅਕਾਊਂਟ ਤੇ ਲੈਕਚਰ ਕਰਾਈ ਸੀ ਉਸੇ ਤਰ੍ਹਾਂ ਮੈਂ ਤੁਹਾਨੂੰ ਪੰਜਾਬੀ ਗ੍ਰਾਮਰ ਦੇ ਹਰੇਕ ਇੱਕ ਕਨਸੈਪਟ ਨੂੰ ਪੂਰੀ ਡਿਟੇਲ ਚ ਸਮਝਾਵਾਂਗਾ ਉਸ ਦੇ ਉੱਪਰ ਆਪਾਂ MCQ ਉਸ ਦੀ ਪ੍ਰੈਕਟਿਸ ਵੀ ਕਰਾਂਗੇ ਠੀਕ ਹੈ ਤਾਂ ਕਿ ਤੁਹਾਨੂੰ ਕੋਈ ਪ੍ਰੋਬਲਮ ਨਾ ਆਵੇ ਮੈਂ ਤੁਹਾਨੂੰ ਡਿਟੇਲ ਚ ਇਸ ਕਰਕੇ ਹੀ ਸਮਝਾਵਾਂਗਾ ਤਾਂ ਕਿ ਜੇ ਬਾਕੀ ਕੋਈ ਕੋਈ ਵੀ ਐਗਜ਼ਾਮ ਹੁੰਦਾ ਹੈ ਪੰਜਾਬ ਗਵਰਨਮੈਂਟ ਦੇ ਰਿਲੇਟਡ ਉਸ ਵਿੱਚ ਤੁਹਾਨੂੰ ਈਜ਼ੀਲੀ ਕਿਤੇ ਹੋ ਜਾਣ ਦੀ ਲੋੜ ਨਾ ਪਾਵੇ ਠੀਕ ਹੈ ਕਨਸੈਪਟ ਦੇ ਨਾਲ-ਨਾਲ ਹੀ ਆਪਾਂ ਐਮਸੀਕਿਊਜ਼ ਦੀ ਪ੍ਰੈਕਟਿਸ ਕਰਾਂਗੇ ਠੀਕ ਹੈ ਫਰੈਂਡਸ ਟੈਕਸਟ ਸਟਾਰਟ ਕਰਨ ਤੋਂ ਪਹਿਲਾਂ ਪੰਜਾਬ ਪਟਵਾਰੀ ਐਗਜ਼ਾਮੀਨੇਸ਼ਨ ਲਈ ਤੁਹਾਨੂੰ ਮੌਕ ਟੈਸਟ ਪ੍ਰੋਵਾਈਡ ਕੀਤੇ ਜਾ ਰਹੇ ਨੇ ਸੈਕਸ਼ਨਲ ਟੈਸਟ ਪ੍ਰੋਵਾਈਡ ਕੀਤੇ ਜਾ ਰਹੇ ਨੇ ਈ-ਬੁੱਕਸ ਪ੍ਰੋਵਾਈਡ ਕੀਤੇ ਜਾ ਰਹੀਆਂ ਨੇ ਜਿਹੜੇ ਬੱਚੇ ਖਰੀਦਣਾ ਚਾਹੁੰਦੇ ਹਨ ਉਹ www.gillsmentor ਸਕੋਡ ਕੰਪੂਟਰ ਜਾ ਕੇ ਖਰੀਦ ਸਕਦੇ ਹਨ ਤੇ ਆਪਣੀ ਤਿਆਰੀ ਨੂੰ ਹੋਰ ਪੱਕਾ ਕਰ ਸਕਦੇ ਹਨ ਠੀਕ ਹੈ ਫਰੈਂਡਸ ਪਹਿਲੇ ਆਪਾਂ ਅੱਜ ਵਿਅక్తి ਭਾਸ਼ਾ ਤੇ ਉਪ ਭਾਸ਼ਾ ਬਾਰੇ ਗੱਲ ਕਰਾਂਗੇ ਠੀਕ ਹੈ ਅਸੀਂ ਉਪ ਭਾਸ਼ਾਵਾਂ ਬਾਰੇ ਵੀ ਡਿਟੇਲ ਚ ਗੱਲ ਕਰਾਂਗੇ ਅੱਜ ਅੱਜ ਸਮਝਾਂਗੇ ਕਿ ਵਿਅక్తి ਭਾਸ਼ਾ ਕਿਹਨੂੰ ਕਹਿੰਦੇ ਨੇ ਤੇ ਉਪ ਭਾਸ਼ਾਵਾਂ ਕਿਹਨੂੰ ਕਹਿੰਦੇ ਨੇ ਪਹਿਲੇ ਆਪਾਂ ਵਿਅక్తి ਭਾਸ਼ਾ ਬਾਰੇ ਗੱਲ ਕਰਦੇ ਹਾਂ ਕਿਸੇ ਇੱਕ ਵਿਅਕਤੀ ਦੇ ਕਿਸੇ ਇੱਕ ਸਮੇਂ ਬੋਲਣ ਦੀਆਂ ਆਦਤਾਂ ਦੇ ਸੰਗ੍ਰਹਿ ਨੂੰ ਹੀ ਉਸੇ ਵਿਅਕਤੀ ਭਾਸ਼ਾ ਕਿਹਾ ਜਾਂਦਾ ਹੈ ਠੀਕ ਹੈ ਤੁਹਾਡੇ ਜਿਹੜੀ ਤੁਸੀਂ ਜਿਵੇਂ ਤੁਸੀਂ ਹੋ ਤੁਸੀਂ ਆਪ ਤੁਸੀਂ ਜੋਂ ਬੱਚੋਂ ਤੋਂ ਲੈ ਕੇ ਵੱਡੇ ਹੁੰਨੇ ਹੋ ਠੀਕ ਹੈ ਤੁਹਾਡੇ ਬੋਲਣ ਨੂੰ ਤੇ ਰਵੱਈਏ ਵਿੱਚ ਚੇਂਜ ਆਉਂਦਾ ਠੀਕ ਹੈ ਜੋ ਤੁਹਾਡੀਆਂ ਆਦਤਾਂ ਨੇ ਤੁਹਾਨੂੰ ਸੀ ਹਰੇਕ ਇੱਕ ਵਾਰਡ ਨੂੰ ਤੁਸੀਂ ਆਪਣੇ ਹਿਸਾਬ ਸਿਰ ਆਪਣੇ ਜੋ ਤੁਹਾਨੂੰ ਸਿੱਖਿਆ ਹੁੰਦਾ ਉਸ ਹਿਸਾਬ ਚੋਂ ਤੁਸੀਂ ਬੋਲਦੇ ਨੇ ਉਹ ਤੁਹਾਡੇ ਦੂਜੇ ਨਾਲੋਂ ਵੱਖਰਾ ਹੁੰਦਾ ਹੈ ਠੀਕ ਹੈ ਜੇ ਉਹ ਦੂਜੇ ਨਾਲੋਂ ਤੁਹਾਡੇ ਨਾਲੋਂ ਵੱਖਰਾ ਹੈ ਤਾਂ ਉਹ ਵਿਅਕਤੀ ਭਾਸ਼ਾ ਹੋ ਜਾਂਦੀ ਹੈ ਠੀਕ ਹੈ ਹਰ ਇੱਕ ਵਿਅਕਤੀ ਦਾ ਬੋਲਣ ਦਾ ਇੱਕ ਵੱਖਰਾ ਬੋਲਣ ਦਾ ਇੱਕ ਵੱਖਰਾ ਢੰਗ ਹੁੰਦਾ ਹੈ ਠੀਕ ਹੈ ਵਿਸ਼ੇਸ਼ ਢੰਗ ਹੁੰਦਾ ਹੈ ਜੋ ਕਿ ਦੂਜਿਆਂ ਨਾਲੋਂ ਉਸ ਨੂੰ ਨਖੇੜਦਾ ਹੈ ਜਿਵੇਂ ਜਿਵੇਂ ਇੱਕ ਵਿਅਕਤੀ ਬਚਪਨ ਤੋਂ ਲੈ ਕੇ ਬੁਢਾਪੇ ਤੱਕ ਦਾ ਸਫ਼ਰ ਤੈਅ ਕਰਦਾ ਹੈ ਉਸ ਦੀ ਵਿਅਕਤੀ ਭਾਸ਼ਾ ਦਾ ਵਿਕਾਸ ਵੀ ਨਾਲ ਨਾਲ ਹੁੰਦਾ ਹੀ ਰਹਿੰਦਾ ਹੈ ਠੀਕ ਹੈ ਉਹੀ ਤੁਹਾਨੂੰ ਮੋਰੇ ਕੀ ਹੈ ਕਿ ਜਿਉਂ ਜਿਉਂ ਵੱਡਾ ਹੁੰਦਾ ਰਹਿੰਦਾ ਹੈ ਤਾਂ ਉਹਦੀ ਵਿਅਕਤੀ ਦਾ ਵਿਕਾਸ ਹੁੰਦਾ ਰਹਿੰਦਾ ਹੈ ਠੀਕ ਹੈ ਉਸ ਦੀ ਭਾਸ਼ਾ ਦਾ ਵਿਕਾਸ ਹੁੰਦਾ ਰਹਿੰਦਾ ਹੈ ਕਿਸੇ ਇੱਕ ਖੇਤਰ ਵਿੱਚ ਰਹਿਣ ਵਾਲੇ ਲੋਕਾਂ ਦੀ ਵਿਅਕਤੀ ਭਾਸ਼ਾ ਤੋਂ ਹੀ ਉਸ ਦੀ ਉਪਭਾਸ਼ਾ ਉਹਨਾਂ ਦੀ ਸੱਜਣਾ ਹੁੰਦੀ ਹੈ ਜਿਵੇਂ ਤੁਸੀਂ ਬੋਲਦੇ ਹੋ ਜਿਵੇਂ ਠੀਕ ਹੈ ਤੁਹਾਡੇ ਖੇਤਰ ਵਿੱਚ ਤੁਹਾਡੇ ਮੱਲੇ ਤੁਹਾਡੇ ਖੇਤਰ ਵਿੱਚ ਕੋਈ ਏਰੀਆ ਤੁਹਾਡਾ ਠੀਕ ਹੈ ਉਸ ਵਿੱਚ ਤੁਹਾਡੇ ਨਾਲ ਦੇ ਹੀ ਜਿਵੇਂ ਤੁਸੀਂ ਭਾਸ਼ਾ ਬੋਲਦੇ ਸੇਮ ਟੂ ਸੇਮ ਬਾਕੀ ਲੋਕ ਵੀ ਉਸੇ ਤਰ੍ਹਾਂ ਹੀ ਬੋਲਦੇ ਹੋਣਗੇ ਕਿਉਂ ਬੋਲਦੇ ਹੋਣਗੇ ਕਿਉਂਕਿ ਤੁਸੀਂ ਉਹਨਾਂ ਨਾਲ ਜ਼ਿਆਦਾ ਕਮਿਊਨੀਕੇਸ਼ਨ ਕਰਦੇ ਹੋ ਠੀਕ ਹੈ ਉਹਨਾਂ ਨਾਲ ਹੀ ਜ਼ਿਆਦਾ ਗੱਲਬਾਤ ਕਰਦੇ ਹੋ ਠੀਕ ਹੈ ਤੁਹਾਡੇ ਜਿਹੜੇ ਅੱਖਰ ਨੇ ਸ਼ਬਦ ਨੇ ਉਹ ਹਮੇਸ਼ਾ ਆਪਸ ਵਿੱਚ ਮੇਲ ਖਾਂਣਗੇ ਠੀਕ ਹੈ ਕੁਝ ਫਰਕ ਹੋ ਸਕਦਾ ਹੈ ਮਗਜਾਤਰ ਮੇਲ ਖਾਂਣਗੇ ਠੀਕ ਹੈ ਨਾ ਉਹ ਏਰੀਆ ਜਿੱਥੇ ਤੁਹਾਡੇ ਨਾਲ ਦੇ ਵੱਖ-ਵੱਖ ਤਰ੍ਹਾਂ ਦੇ ਲੋਕ ਜਿਹੜੇ ਰਹੇ ਨੇ ਨੇ ਉਹੀ ਭਾਸ਼ਾ ਬੋਲ ਰਹੇ ਨੇ ਜੋ ਤੁਸੀਂ ਬੋਲ ਰਹੇ ਹੋ ਉਹੀ ਜਿਹੜੀਆਂ ਭਾਸ਼ਾਵਾਂ ਹੋ ਗਈਆਂ ਉਸ ਨੂੰ ਕੀ ਕਵਾਂਗੇ ਆਪਾਂ ਉਪਭਾਸ਼ਾ ਕਹਾਂਗੇ ਉਸ ਖੇਤਰ ਦੀ ਮਸਤੀ ਉਸ ਉਸ ਖੇਤਰ ਦੇ ਜਿਹੜੇ ਰਹਿਣ ਵਾਲੇ ਲੋਕੋ ਵਾਲੇ ਜਿਹੜੀ ਭਾਸ਼ਾ ਬੋਲ ਰਹੇ ਹਨ ਉਸ ਨੂੰ ਆਪਾਂ ਉਪਭਾਸ਼ਾ ਕਹਾਂਗੇ ਇੱਕ ਖੇਤਰ ਵਿੱਚ ਰਹਿਣ ਵਾਲੇ ਲੋਕਾਂ ਦੀ ਵਿਕਤੀ ਭਾਸ਼ਾ ਤੋਂ ਹੀ ਕਿਸੇ ਉਸ ਇੱਕ ਖੇਤਰ ਦੀ ਉਪਭਾਸ਼ਾ ਦਾ ਸਿਰਜਣਾ ਹੁੰਦੀ ਹੈ ਠੀਕ ਹੈ ਸਮਝ ਗਏ ਨਾ ਜਿਵੇਂ ਤੁਹਾਡੀ ਭਾਸ਼ਾ ਹੈ ਤੁਸੀਂ ਜੋ ਬੋਲ ਰਹੇ ਹੋ ਠੀਕ ਹੈ ਤੁਹਾਡੇ ਬੋਲਣ ਦੇ ਨਾਂ ਨਾਲ ਤੁਹਾਡੇ ਦੇ ਬਾਕੀ ਰਹਿਣ ਵਾਲੇ ਆਸ-ਪਾਸੇ ਲੋਕ ਨੇ ਉਹ ਵੀ ਉਸ ਦੀ ਭਾਸ਼ਾ ਦੀ ਵਰਤੋਂ ਹੋ ਰਹੀ ਹੈ ਮਤਲਬ ਉਹੀ ਸ਼ਬਦ ਉਹੀ ਚੀਜ਼ ਬੋਲੀ ਜਾ ਰਹੀ ਹੈ ਉਹੀ ਸ਼ਬਦਾਂ ਦੇ ਸੰਗ੍ਰਹਿ ਮਤਲਬ ਕਿ ਅਲੱਗ-ਅਲੱਗ ਵਿਅਕਤੀਆਂ ਦੀ ਭਾਸ਼ਾਵਾਂ ਦੇ ਸੰਗ੍ਰਹਿ ਨੂੰ ਹੀ ਆਪਾਂ ਉਪਾਸ਼ਾ ਕਹਾਂਗੇ ਠੀਕ ਹੈ ਆਪਾਂ ਉਪਾਸ਼ਾ ਵਾਈ ਕੋਈ ਸਮਝ ਲੈਣੇ ਆ ਉਪਾਸ਼ਾ ਕਿਸੇ ਇੱਕ ਭਾਸ਼ਾ ਦਾ ਖੇਤਰੀ ਰੂਪ ਹੁੰਦਾ ਹੈ ਠੀਕ ਹੈ ਇੱਕ ਵੱਡੀ ਭਾਸ਼ਾ ਹੈ ਠੀਕ ਹੈ ਪੰਜਾਬੀ ਭਾਸ਼ਾ ਹੈ ਠੀਕ ਹੈ ਉਸ ਦਾ ਉਸਤੇ ਇੱਕ ਖੇਤਰ ਚ ਰਹਿਣ ਵਾਲੇ ਲੋਕ ਠੀਕ ਹੈ ਉਸ ਖੇਤਰ ਦੇ ਵਿੱਚ ਰਹਿਣ ਵਾਲੇ ਲੋਕਾਂ ਵਿੱਚ ਕੋਈ ਇੱਕ ਬੰਦਾ ਕੋਈ ਇਹ ਭਾਸ਼ਾ ਬੋਲਦਾ ਠੀਕ ਹੈ ਉਸ ਦੀ ਵਿਅਕਤੀ ਭਾਸ਼ਾ ਹੋਗੀ ਉਹੀ ਭਾਸ਼ਾ ਹੁੰਦਾ ਜਿਹੜਾ ਸਮੂਹ ਹੁੰਦਾ ਹੈ ਉੱਥੇ ਦੇ ਰਹਿਣ ਵਾਲੇ ਲੋਕਾਂ ਦਾ ਜਿਹੜਾ ਸਮੂਹ ਹੁੰਦਾ ਹੈ ਉਸੇ ਤਰ੍ਹਾਂ ਦੀ ਭਾਸ਼ਾ ਬੋਲਦੇ ਹਨ ਉਸ ਨੂੰ ਆਪਾਂ ਉਪਭਾਸ਼ਾ ਕਹਿੰਦੇ ਆ ਠੀਕ ਹੈ ਉਪਭਾਸ਼ਾ ਕਿਸੇ ਭਾਸ਼ਾ ਦਾ ਖੇਤਰੀ ਰੂਪ ਹੁੰਦਾ ਹੈ ਤੇ ਆਪਸੀ ਅੰਦਲੀ ਸਾਂਝ ਵਾਲੀਆਂ ਉਪਭਾਸ਼ਾਵਾਂ ਦਾ ਸਮੂਹ ਹੀ ਭਾਸ਼ਾ ਖਾ ਹੁੰਦਾ ਹੈ ਠੀਕ ਹੈ ਬਾਕੀਆਂ ਜੋ ਇੱਕ ਖੇਤਰ ਜਿਹੜੀ ਉਪ ਭਾਸ਼ਾ ਬੋਲੀ ਜਾਂਦੀ ਹੈ ਠੀਕ ਹੈ ਦੂਜੇ ਖੇਤਰ ਦੂਜੀ ਭਾਸ਼ਾ ਬੋਲੀ ਜਾਂਦੀ ਹੈ ਤਾਂ ਇਹ ਸਾਰੇ ਖੇਤਰਾਂ ਦੀਆਂ ਉਪ ਭਾਸ਼ਾਵਾਂ ਮਿਲਾ ਕੇ ਇੱਕ ਭਾਸ਼ਾ ਦਾ ਸੰਗ੍ਰਹਿ ਹੁੰਦਾ ਹੈ ਉਪ ਭਾਸ਼ਾ ਕਿਸੇ ਭਾਸ਼ਾ ਦੇ ਵਿਸ਼ਾਲ ਖੇਤਰ ਵਿੱਚ ਇੱਕ ਸੀਮਤ ਖੇਤਰ ਦਾ ਭਾਸ਼ਾ ਹੁੰਦੀ ਹੈ ਉਹ ਹੀ ਤੁਹਾਨੂੰ ਮੈਂ ਦੱਸਿਆ ਇੱਕ ਵੱਡੀ ਭਾਸ਼ਾ ਹੈ ਠੀਕ ਹੈ ਭਾਸ਼ਾ ਦਾ ਇੱਕ ਛੋਟੇ ਖੇਤਰ ਵਿੱਚ ਜਿਹੜੇ ਰਹਿਣ ਲੋਕ ਹੈ ਹੈ ਰਹਿਣ ਲੋਕ ਹੈ ਉਹਨਾਂ ਦੀ ਜਿਹੜੀ ਭਾਸ਼ਾ ਹੁੰਦੀ ਹੈ ਉਹ ਉਪ ਭਾਸ਼ਾ ਹੁੰਦੀ ਹੈ ਠੀਕ ਹੈ ਇਸੇ ਵਿੱਚ ਉਸ ਭਾਸ਼ਾ ਦੀਆਂ ਦੂਜੀ ਭਾਸ਼ਾਵਾਂ ਨਾਲੋਂ ਕੁਝ ਵਿਸ਼ੇਸ਼ਤਾਵਾਂ ਜ਼ਰੂਰ ਹੁੰਦੀਆਂ ਹਨ ਹਰੇਕ ਦੀ ਆਪਣੀ ਵਿਸ਼ੇਸ਼ਤਾ ਹੈ ਠੀਕ ਹੈ ਉਹ ਆਪਾਂ ਕਿਵੇਂ ਉਹ ਆਪਾਂ ਅਗਲੇ ਅੱਗੇ ਜਿਹੜਾ ਆਪਣੀਆਂ ਭਾਸ਼ਾਵਾਂ ਆਣੀਆਂ ਉਸ ਵਿੱਚ ਸਮਝਾਂਗੇ ਠੀਕ ਹੈ ਅੱਗੇ ਦੇਖਦੇ ਹਾਂ ਠੀਕ ਹੈ ਇਹ ਕਿਉਂ ਉਪਭਾਸ਼ਾਵਾਂ ਦਾ ਜਨਮ ਕਿਵੇਂ ਹੋਇਆ ਉਪਭਾਸ਼ਾਵਾਂ ਦਾ ਮਤਲਬ ਕਿ ਸਾਡੀਆਂ ਅਸੀਂ ਜੋ ਬੋਲ ਰਹੇ ਹਾਂ ਉਹ ਆਪਣੇ ਤੋਂ ਕੁਝ ਕਿਲੋਮੀਟਰਾਂ ਬਾਅਦ ਰਹਿਣ ਵਾਲੇ ਲੋਕਾਂ ਵਿੱਚ ਸਾਡੇ ਚ ਡਿਫਰੈਂਸ ਕਿਉਂ ਆ ਜਾਂਦਾ ਹੈ ਕਿਉਂਕਿ ਕੁਝ ਕੁਦਰਤੀ ਅੜਕੀਆਂ ਕਰਕੇ ਕੋਈ ਬਾੜ ਆ ਜਾਂਦੀ ਹੈ ਕੋਈ ਕੁਦਰਤੀ ਕੋਈ ਹੈਪਨਿੰਗ ਹੋ ਜਾਂਦੀ ਹੈ ਠੀਕ ਹੈ ਉਸ ਦੇ ਕਰਕੇ ਹੋ ਸਕਦਾ ਹੈ ਠੀਕ ਹੈ ਜਾਂ ਕੋਈ ਰਾਜਨੀਤਿਕ ਕਾਰਨ ਹੋ ਸਕਦੇ ਹਨ ਠੀਕ ਹੈ ਰਾਜਨੀਤੀ ਕਰਕੇ ਇਹਨਾਂ ਲੋਕਾਂ ਚ ਆਪਸ ਜਿਹੜੇ ਰਹਿਣ ਵਾਲੇ ਲੋਕ ਹੁੰਦੇ ਉਹਨਾਂ ਦਾ ਸੰਪਰਕ ਆਪਸ ਟੁੱਟੇ ਜਾਂਦਾ ਹੈ ਠੀਕ ਹੈ ਜੋ ਇੱਕ ਭਾਸ਼ਾ ਬੋਲਦੇ ਸੇ ਜਿਹੜੇ ਉਹਨਾਂ ਦਾ ਸੰਪਰਕ ਟੁੱਟੇ ਜਾਂਦਾ ਜੋ ਦਾ ਸੰਪਰਕ ਟੁੱਟਦਾ ਹੈ ਤਾਂ ਕਿਸੇ ਹੋਰ ਦੇ ਲੋਕਾਂ ਦੇ ਸੰਪਰਕ ਵਿੱਚ ਆ ਜਾਂਦੇ ਨੇ ਜਦੋਂ ਕਿਸੇ ਹੋਰ ਦੇ ਸੰਪਰਕ ਵਿੱਚ ਆ ਜਾਂਦੇ ਉਹ ਉੱਥੇ ਦੀ ਭਾਸ਼ਾ ਦੇ ਨਾਲ ਉਹ ਰਲ ਜਾਂਦੇ ਨੇ ਤਾਂ ਉਹਨਾਂ ਦੀ ਇੱਕ ਆਪਣੀ ਇੱਕ ਪਾਸ਼ਾ ਦਾ ਜਨਮ ਹੋ ਜਾਂਦਾ ਹੈ ਉਹੀ ਉਰੇ ਕਹਿਣਾ ਚਾ ਰਹੇ ਠੀਕ ਹੈ ਉਪਾਸ਼ਰ ਜਨਮ ਰਾਜਨੀਤਿਕ ਅੜਕਿਆ ਕਰਕੇ ਜਾਂ ਕੁਦਰਤੀ ਅੜਕਿਆ ਕਰਕੇ ਹੋ ਸਕਦਾ ਹੈ ਠੀਕ ਹੈ ਫਰੈਂਡਸ ਹੁਣ ਆਪਾਂ ਉਪਾਸ਼ਾਵਾਂ ਦੀ ਵੱਖ-ਵੱਖ ਪੰਜਾਬੀ ਪਾਸ਼ਾ ਦੀਆਂ ਵੱਖ-ਵੱਖ ਉਪਾਸ਼ਾਵਾਂ ਦੇਖਾਂਗੇ ਸਭ ਤੋਂ ਪਹਿਲਾਂ ਮਾਜੀ ਉਪਾਸ਼ਾ ਮਾਜੀ ਉਪਾਸ਼ਾ ਨੂੰ ਆਪਾਂ ਪੰਜਾਬ ਦੀ ਟਕਸਾਲੀ ਬੋਲਣ ਹੋਣ ਦਾ ਮਾਣ ਪ੍ਰਾਪਤ ਹੈ ਇਸ ਨੋਟ ਕਰਿਓ ਐਮਸੀਕੂ ਉਸ ਪੁੱਛਿਆ ਜਾਂਦਾ ਕਿ ਟਕਸਾਲੀ ਬੋਲੀ ਹੋਣ ਦਾ ਮਾਣ ਕਿਨੂੰ ਪ੍ਰਾਪਤ ਹੈ ਉਹ ਮਾਝੀ ਉਪਭਾਸ਼ਾ ਨੂੰ ਹੈ ਕਿਉਂ ਹੈ ਕਿਉਂਕਿ ਸਭ ਤੋਂ ਜ਼ਿਆਦਾ ਹੀ ਇਸ ਮਾਝੀ ਉਪਭਾਸ਼ਾਵਾਂ ਨੂੰ ਬੋਲਿਆ ਜਾਂਦਾ ਹੈ ਭਾਵੇਂ ਕਿਸੇ ਗਵਰਨਮੈਂਟ ਆਰਗੇਨਾਈਜੇਸ਼ਨ ਵਿੱਚ ਠੀਕ ਹੈ ਗਵਰਨਮੈਂਟ ਡਿਪਾਰਟਮੈਂਟ ਵਿੱਚ ਠੀਕ ਹੈ ਜੇ ਅਖਬਾਰਾਂ ਵਿੱਚ ਵੀ ਜ਼ਿਆਦਾਤਰ ਟਕਸਾਲੀ ਭਾਸ਼ਾ ਦੀ ਯੂਜ਼ ਕੀਤੀ ਜਾਂਦੀ ਹੈ ਮਾਝੀ ਉਪਭਾਸ਼ਾ ਨੂੰ ਯੂਜ਼ ਕੀਤਾ ਜਾਂਦਾ ਸੋ ਇਸ ਨੂੰ ਮਾਣ ਪ੍ਰਾਪਤ ਹੈ ਇਹਦਾ ਠੀਕ ਹੈ ਇਹ ਕਿੱਥੇ ਬੋਲੀ ਜਾਂਦੀ ਹੈ ਇਪੋ ਪਾਝਾ ਬਿਆਸ ਅਤੇ ਰਾਵੀ ਦੇ ਦਰਮਿਆਨ ਯਾਦ ਰੱਖਿਓ ਬਿਆਸ ਅਤੇ ਰਾਵੀ ਦੇ ਦਰਮਿਆਨ ਪੈਣ ਵਾਲੇ ਇਲਾਕੇ ਵਿੱਚ ਬੋਲੀ ਜਾਂਦੀ ਹੈ ਠੀਕ ਹੈ ਫਰੈਂਡਸ ਇਸੇ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਆਇੰਦਾ ਗੁਰਦਾਸਪੁਰ ਆਇੰਦਾ ਲਾਹੌਰ ਆਇੰਦਾ ਸਿਆਲਕੋਟ ਆਇੰਦਾ ਤੇ ਗੁਜਰਾਵਾਲਾ ਆਇੰਦਾ ਠੀਕ ਹੈ ਫਰੈਂਡਸ ਯਾਦ ਰੱਖਿਓ ਕਿ ਕਿਹੜੇ ਕਿਹੜੇ ਸ਼ਹਿਰ ਆ ਜਾਂਦੇ ਹਨ ਅੰਮ੍ਰਿਤਸਰ ਗੁਰਦਾਸਪੁਰ ਲਾਹੌਰ ਸਿਆਲਕੋਟ ਅਤੇ ਗੁਜਰਾਵਾਲਾ ਠੀਕ ਹੈ ਮਾਜੀ ਉਪਭਾਸ਼ਾ ਵਿੱਚ ਦੋ ਤਰ੍ਹਾਂ ਦਾ ਦੁਨੀਆਤਮਿਕ ਤੇ ਵਿਗਿਆਨ ਵਿਆਕਰਨ ਵਿਸ਼ੇਸ਼ਤਾਵਾਂ ਹੁੰਦੀਆਂ ਨੇ ਆਪਾਂ ਨੇ ਵਿਆਕਰਨਿਕ ਵਿਸ਼ੇਸ਼ਤਾਵਾਂ ਹੀ ਪੜਨੀਆਂ ਨੇ ਠੀਕ ਹੈ ਆਪਾਂ ਹੁਣ ਵਿਆਕਰਨਿਕ ਵਿਸ਼ੇਸ਼ਤਾਵਾਂ ਵੀ ਦੇਖਾਂਗੇ ਮਾਜੀ ਭਾਸ਼ਾਵਾਂ ਦੀਆਂ ਠੀਕ ਹੈ ਪਹਿਲਾ ਹੈਗਾ ਮਾਜੀ ਵਿੱਚ ਨੇ ਸੰਬੰਧਕ ਦੀ ਵਰਤੋਂ ਨਾਲ ਵਾਕ ਵਿੱਚ ਕਿਰਿਆ ਦਾ ਸੰਬੰਧ ਕਰਤਾ ਤੇ ਥਾਂ ਤੇ ਕਰਮ ਨਾਲ ਜੁੜ ਜਾਂਦਾ ਹੈ ਠੀਕ ਹੈ ਨੇਨਲ ਕੀਵਰਡ ਆਪਣਾ ਚੇਂਜਿੰਗ ਆ ਜਾਂਦੀ ਹੈ ਜਿਹੜਾ ਕੇਰੀਆ ਦਾ ਸਬੰਧ ਕਰਤਾ ਨਾਲ ਹੁੰਦਾ ਨਾ ਉਹਦੇ ਥਾਂ ਤੇ ਉਸਦੇ ਕਰਮ ਨਾਲ ਹੋ ਜਾਂਦਾ ਹੈ ਕਿਵੇਂ ਹੋ ਜਾਂਦਾ ਆਪਾਂ ਐਗਜ਼ਾਮਪਲ ਦੇਖਦੇ ਹਾਂ ਜਿਵੇਂ ਦੇਖੋ RAM ਰੋਟੀ ਖਾਂਦਾ ਹੈ ਠੀਕ ਹੈ ਆਮ ਭਾਸ਼ਾ ਆ ਰਾਮ ਆਮ ਵਾਕੀਆ RAM ਰੋਟੀ ਖਾਂਦਾ ਹੈ ਤੇ ਸੀਤਾ ਰੋਟੀ ਖਾਂਦੀ ਹੈ ਠੀਕ ਹੈ RAM ਰੋਟੀ ਖਾਂਦਾ ਹੈ ਸੀਤਾ ਰੋਟੀ ਖਾਂਦੀ ਹੈ ਹੁਣ ਦੇਖਣਾ ਨੇਨਲ ਕੀ ਚੇਂਜ ਹੋ ਜਾਏਗਾ ਦੇਖੋ ਇਸ ਵਿੱਚ RAM ਕੀ ਸੀ ਕਰਤਾ ਰੋਟੀ ਕੀ ਸੀ ਕਰਮ ਤੇ ਕਿਰਿਆ ਕਿਰਿਆ ਕੀ ਸੀ ਖੰਦਾ ਠੀਕ ਹੈ ਹੁਣ ਚੇਂਜ ਕਿਵੇਂ ਹੋਏਗਾ ਨੇ ਨਾਲ ਦੇਖੋ ਰਾਮ ਨੇ ਰੋਟੀ ਖਾਧੀ ਪਹਿਲੇ ਆਪਾਂ ਨੇ ਕਿਹਾ ਰਾਮ ਰੋਟੀ ਖਾਂਦਾ ਹੈ ਹੁਣ ਆਪਾਂ ਨੇ ਕਹਿੰਤਾ ਰਾਮ ਨੇ ਰੋਟੀ ਖਾਧੀ ਠੀਕ ਹੈ ਰਾਮ ਨੇ ਰੋਟੀ ਖਾਧੀ ਤਾਂ ਨੇ ਨਾਲ ਕੀ ਕੀ ਚੇਂਜ ਆ ਗਿਆ ਕਿ ਉਰੇ ਰੋਟੀ ਤਾਂ ਕਰਮ ਆ ਗਿਆ ਠੀਕ ਹੈ ਰੋਟੀ ਦਾ ਕਰਮ ਆ ਗਿਆ ਤੇ ਕੀ ਨਾਮ ਰੋਟੀ ਕਰਮ ਆ ਗਿਆ ਤੇ ਖਾਧੀ ਕੀ ਆ ਗਿਆ ਕਿਰਿਆ ਆਗੀ ਠੀਕ ਹੈ ਨਾ ਸੀਤਾ ਨੇ ਰੋਟੀ ਖਾਦੀ ਉਰੇ ਆਪਾਂ ਨੂੰ ਕੀ ਪੁੱਛਿਆ ਸੀ ਕਿ ਕਿਰਿਆ ਦਾ ਸਬੰਧ ਕਰਤਾ ਦੀ ਥਾਂ ਤੇ ਕਰਮ ਨਾਲ ਜੁੜਿਆ ਜਾਂਦਾ ਕਿਰਿਆ ਦਾ ਸਬੰਧ ਕਰਤਾ ਨਾਲ ਪਹਿਲੇ ਕਰਤਾ ਨਾਲ ਜੁੜਿਆ ਹੋਇਆ ਸੀ ਨਾ ਪਹਿਲੇ ਉਰੇ RAM ਰੋਟੀ ਨਾਲ ਜੁੜਿਆ ਹੋਇਆ ਸੀ ਠੀਕ ਹੈ RAM RAM ਦੇ ਕਰਤਾ ਦੇ ਨਾਲ ਉਹਦਾ ਕਰਮ ਜੁੜਿਆ ਹੋਇਆ ਸੀ ਠੀਕ ਹੈ ਮਗਰ ਉਰੇ ਉਹਦਾ ਕਿਰਿਆ ਨਾਲ ਕਿਰਿਆ ਨਾਲ ਉਹਦਾ ਕਰਮ ਜੁੜਿਆ ਜਾਂਦਾ ਠੀਕ ਹੈ ਜਿਵੇਂ ਉਰੇ RAM ਨੇ ਰੋਟੀ ਖਾਦੀ ਠੀਕ ਹੈ ਨੇ ਸਵੰਦਕ ਲੱਗਣ ਨਾਲ ਰੋਟੀ ਦਾ ਸਬੰਧ ਖਾਣ ਕੀ ਮਤਲਬ ਕਰਮ ਦਾ ਸਬੰਧ ਕਿਰਿਆ ਨਾਲ ਚਲਾ ਗਿਆ ਠੀਕ ਹੈ ਠੀਕ ਹੈ ਨਾ ਕਰਮ ਦਾ ਸਬੰਧ ਕਿਰਿਆ ਨਾਲ ਚਲਾ ਗਿਆ ਨਾ ਕਿ ਕਰਤਾ ਨਾਲ ਗਿਆ ਠੀਕ ਹੈ ਨੇ ਨਾਲ ਇਹ ਇਸ ਦੀ ਡਿਫਰੈਂਸ ਆ ਗਿਆ ਤਾਂ ਇਵੇਂ ਸੀਤਾ ਨੇ ਰੋਟੀ ਖਾਧੀ ਸੀਤਾ ਕਰਤਾ ਹੋਗੀ ਠੀਕ ਹੈ ਨੇ ਸਬੰਧਕ ਹੋ ਗਿਆ ਰੋਟੀ ਕਰਮ ਹੋ ਗਿਆ ਤੇ ਖਾਧੀ ਕਿਰਿਆ ਹੋਗੀ ਠੀਕ ਹੈ ਠੀਕ ਹੈ ਨਾ ਫਰੈਂਡਸ ਆਪਾਂ ਹੁਣ ਦੂਜੀ ਵਿਸ਼ੇਸ਼ਤਾ ਮੈਂ ਦੇਖਦੇ ਹਾਂ ਮਾਜੀ ਵਿੱਚ ਭੁੱਖੋवाची ਕਿਰਿਆ ਦੇ ਗ ਵਾਲਾ ਰੂਪ ਵੀ ਵਰਤੇ ਜਾਂਦਾ ਹੈ ਠੀਕ ਹੈ ਅਬ ਜਦੋਂ ਮਾਜੀ ਪਾਸੇ ਵਿੱਚ ਜਦੋਂ ਆਪਾਂ ਕੋਈ ਪ੍ਰੇਖਵਾਚੀ ਸੈਂਟੈਂਸ ਜੋੜਨਾ ਹੁੰਦਾ ਤਾਂ ਉਹਦੇ ਵਿੱਚ ਗ ਵਾਲਾ ਰੂਪ ਹੀ ਵਰਤੇ ਜਾਂਦਾ ਹੈ ਉਹ ਕਿਵੇਂ ਵਰਤੇ ਜਾਂਦਾ ਤੁਹਾਨੂੰ ਮੈਂ ਅੱਗੇ ਐਗਜ਼ਾਮਪਲ ਨਾਲ ਸਮਝਾਵਾਂਗਾ ਠੀਕ ਹੈ ਅਤੇ ਕਿਰਿਆ ਲਿੰਗ ਅਤੇ वचन ਅਨੁਸਾਰ ਆਪਣਾ ਰੂਪ ਬਦਲ ਲੈਂਦੀ ਹੈ ਇੱਕੋ ਹੀ ਰੂਪ ਵਰਤੇ ਜਾਂਦਾ ਪ੍ਰੇਖਵਾਚੀ ਲਈ ਗ ਰੂਪ ਹੀ ਵਰਤੇ ਜਾਂਦਾ ਹੈ ਤੇ ਉਹਦੀ ਜਿਹੜੀ ਚੇਂਜਿੰਗ ਹੁੰਦੀ ਹੈ ਉਹ ਲਿੰਗ वचन ਤੇ ਕਿਰਿਆ ਨਾਲ ਬਦਲਦੀ ਰਹਿੰਦੀ ਹੈ ਕਿਵੇਂ ਬਦਲਦੀ ਰਹਿੰਦੀ ਆ ਦੇਖੋ ਲਿਖਾਂਗਾ ਠੀਕ ਹੈ ਠੀਕ ਹੈ ਲਿਖਾਂਗੀ ਠੀਕ ਹੈ ਲਿਖਾਂਗੇ ਲਿਖਾਂਗੀਆਂ ਬਦਲ ਗਿਆ ਨਾ ਕਿਰਿਆ ਲਿੰਗ ਵਚਨ ਲਿੰਗ ਵਚਨ ਦੇ ਹਿਸਾਬ ਸਿਰ ਡਿਫਰੈਂਸ ਆ ਗਿਆ ਮਗਰ ਯੂਜ਼ ਕੀ ਹੋਇਆ ਕੱਲਾ ਗੇ ਗੀ ਯੂਜ਼ ਹੋਇਆ ਠੀਕ ਹੈ ਗਾ ਗੇ ਗੀਆਂ ਠੀਕ ਹੈ ਇਹ ਹੀ ਯੂਜ਼ ਹੋਇਆ ਸੋ ਉਰੇ 21 ਗ ਅ ਦੀ ਵਰਤੋਂ ਹੋਈ ਭਵਿਕਵਾਚੀ ਸੈਂਟੈਂਸਸ ਲਈ ਉਸ ਤੋਂ ਬਾਅਦ ਮਾਝੀ ਵਿੱਚ ਪੜਨਾਵੀ ਰੂਪ ਅਸੀਂ ਅਗਲਾ ਸੈਂਟੈਂਸ ਹੈ ਮਾਜੀ ਵਿੱਚ ਪੰਨਾਵੀ ਰੂਪ ਅਸੀਂ ਅਤੇ ਤੁਸੀਂ ਦੇ ਨਾਂ ਨਾਲ ਅਸਾਂ ਤੁਸੀਂ ਤੇ ਤੁਹਾਡਾ ਦੀ ਵੀ ਵਰਤੋਂ ਕੀਤੀ ਜਾਂਦੀ ਹੈ ਠੀਕ ਹੈ ਕਦੇ ਵੀ ਦੇਖਣਾ ਮਾਜੀ ਵਿੱਚ ਜਿਹੜਾ ਪੰਨਾਵੀ ਰੂਪ ਅਸੀਂ ਤੁਸੀਂ ਹੈ ਨਾ ਉਸ ਦੇ ਨਾਲ ਨਾਲ ਅਸਾਂ ਤੁਸੀਂ ਤੇ ਤੁਹਾਡਾ ਆਦਿ ਦਾ ਰੂਪ ਵੀ ਵਰਤ ਲਿਆ ਜਾਂਦਾ ਹੈ ਉਸ ਤੋਂ ਅਗਲਾ ਹੈਗਾ ਮਾਜੀ ਵਿੱਚ ਸਹਾਇਕ ਕਿਰਿਆ ਦਾ ਹੈ ਹੈ ਦੇ ਨਾਲ ਨਾਲ ਜਿਹੜੀ ਸਹਾਇਕ ਕਿਰਿਆ ਹੈ ਕਿਹੜੀ ਸਹਾਇਕ ਕਿਰਿਆ ਹੈ ਦੇ ਨਾਲ ਨਾਲ ਇਹ ਵਾਲਾ ਰੂਪ ਵੀ ਵਰਤੇ ਜਾਂਦਾ ਹੈ ਹੈ ਦੇ ਨਾਲ ਨਾਲ ਪਲੱਸ ਏ ਵਾਲਾ ਰੂਪ ਵੀ ਬਦਲ ਲਿਆ ਜਾਂਦਾ ਕਿਵੇਂ ਬਦਲ ਲਿਆ ਜਾਂਦਾ ਆ ਦੇਖੋ ਉਹ ਪਹਿਲਾ ਹੈਗਾ ਉਹ ਬੈਠਾ ਹੈ ਠੀਕ ਹੈ ਉਹ ਬੈਠਾ ਹੀ ਜਗਾ ਆਪਾਂ ਵੀ ਇਵੇਂ ਕਹਤਾ ਉਹ ਬੈਠੇ ਹੈ ਉਹ ਬੈਠੇ ਠੀਕ ਹੈ ਉਹ ਬੈਠਾ ਹੈ ਉਹ ਬੈਠਾ ਹੈ ਆਪਾਂ ਇਵੇਂ ਕਹਿ ਦੇਣਾ ਉਹ ਬੈਠਾ ਹੈ ਠੀਕ ਹੈ ਹੈ ਦੇ ਨਾਲ ਨਾਲ ਆਪਾਂ ਏ ਦੀ ਵਰਤੋਂ ਵੀ ਕਰ ਕਰ ਦਿੱਤੀ ਜਾਂਦੀ ਹੈ ਠੀਕ ਹੈ ਅਗਰੀ ਵਿਸ਼ੇਸ਼ਤਾ ਹੈ ਮਾਜੀ ਵਿੱਚ ਪੂਤਕਾਲੀ ਸਹਾਇਕ ਕਿਰਿਆ ਨਾਲ ਹੁਣ ਪੂਤਕਾਲੀ ਦੀ ਗੱਲ ਹੋ ਰਹੀ ਆਪਾਂ ਪਹਿਲੇ ਭੇਖੋ ਆਚੀ ਦੀ ਗੱਲ ਕੀਤੀ ਐ ਹੁਣ ਆਪਾਂ ਪੂਤਕਾਲੀ ਦੀ ਗੱਲ ਕਰ ਰਹੇ ਹਾਂ ਪੂਤਕਾਲੀ ਕਿਸ ਸਹਾਇਕ ਕਿਰਿਆ ਦੇ 5 ਰੂਪ ਪਾਏ ਜਾਂਦੇ ਹਨ ਸੀ ਸਾ ਸਾਂ ਸੂ ਸੰ ਠੀਕ ਐ ਪੂਤਕਾਲੀ ਵਿੱਚ ਕਿੰਨੇ ਰੂਪ ਪਾਏ ਜਾਂਦੇ ਹਨ ਕਿਰਿਆ ਦੇ 5 ਰੂਪ ਪਾਏ ਜਾਂਦੇ ਕਿਹੜੇ ਕਿਹੜੇ ਸੀ ਸਾ ਸਾਂ ਸੂ ਸੰ ਜਿਵੇਂ ਕਿ ਮੈਂ ਬੈਠਾ ਸਾਂ ਅਸੀਂ ਬੈਠਾ ਸਾਂ ਅਸੀਂ ਬੈਠੇ ਸਾਂ ਤੂੰ ਬੈਠਾ ਸੀ ਉਹ ਬੈਠੇ ਸਨ ਤੁਸੀਂ ਬੈਠੇ ਸੀ ਸੋ ਠੀਕ ਹੈ ਅਗੇ ਨਾਲ ਅਗਲੇ ਰੂਪ ਅਗਲਾ ਹੈਗਾ ਮਾਝੀ ਦੇ ਕੁਝ ਕਿਰਿਆ ਵਿਸ਼ੇਸ਼ਣ ਵਿੱਚ ਵੀ ਵਿਲਕਣਤਾ ਪਾਈ ਜਾਂਦੀ ਹੈ ਠੀਕ ਹੈ ਕਿਵੇਂ ਵੀ ਵਿਲਕਣਤਾ ਪਾਈ ਜਾਂਦੀ ਹੈ ਕਿਰਿਆ ਵਿਸ਼ੇਸ਼ਣ ਵਿੱਚ ਛੇਤੀ ਠੀਕ ਹੈ ਛੇਤੀ ਛੱਬਦੇ ਠੀਕ ਹੈ ਆਪਰੇ ਆਪੂ ਅੱਗੇ ਗਾੜੀ ਅੱਗੇ ਗਾੜੀ ਠੀਕ ਹੈ ਮਾਝੀ ਉਪਭਾਸ਼ਾ ਵਿੱਚ ਇਸ ਤਰ੍ਹਾਂ ਵਰਤੋਂ ਕੀਤੀ ਜਾਂਦੀ ਹੈ ਠੀਕ ਹੈ ਫਰੈਂਡਸ ਅੱਗੇ ਕੁਝ ਵਿਸ਼ੇਸ਼ ਸ਼ਬਦਾਵਲੀ ਹੈ ਜੋ ਮਾਝੀ ਉਪਭਾਸ਼ਾ ਵਿੱਚ ਜ਼ਿਆਦਾਤਰ ਵਰਤੀ ਜਾਂਦੀ ਹੈ ਠੀਕ ਹੈ ਜਿਵੇਂ ਨੋਰਮਲ ਸੈਂਟੈਂਸਸ ਹੈ ਇਸ ਨੂੰ ਮਾਝੀ ਉਪਭਾਸ਼ਾ ਵਿੱਚ ਕਿਵੇਂ ਵਰਤੇ ਜਾਂਦੇ ਉਹ ਤੁਹਾਨੂੰ ਮੈਂ ਦੱਸ ਰਿਹਾ ਬਾਹਰ ਨੂੰ ਆਪਾਂ ਵਾਂਡੇ ਕਹਿ ਦਿੱਤਾ ਜਾਂਦਾ ਹੈ ਦਾਲ ਨੂੰ ਦਾਲ ਸਬਜ਼ੀ ਸਲੂਣਾ ਕਹਿ ਦਿੱਤਾ ਜਾਂਦਾ ਠੀਕ ਹੈ ਆਰਾਮ ਨੂੰ ਆਪਾਂ ਰਮਾਨ ਕਹਿ ਦਿੱਤਾ ਜਾਂਦਾ ਭਰਾ ਨੂੰ ਆਪਾਂ ਭਾਉ ਭਾ ਕਹਿ ਦਿੱਤਾ ਜਾਂਦਾ ਹੈ ਲੱਸੀ ਵੇਲਾ ਛਾ ਵੇਲਾ ਕਹਿ ਦਿੱਤਾ ਜਾਂਦਾ ਕਹਿਣਾ ਕੂਣਾ ਕਹਿ ਦਿੱਤਾ ਜਾਂਦਾ ਹੈ ਘਰ ਵਾਲੀ ਬੁੱਢੀ ਕਹਿ ਦਿੱਤਾ ਜਾਂਦਾ ਹੈ ਯਾ 11 11 ਕਿ ਆ ਦਿੱਤਾ ਜਾਂਦਾ ਯਾਰਾ ਠੀਕ ਹੈ ਪਸ਼ੂਆਂ ਦੀ ਥਾਂ ਹਵੇਲੀ ਵਰਤੀ ਜਾਂਦੀ ਹੈ ਜਿਹੜੇ ਕੋਈ ਜਿਹੜੀ ਪਸ਼ੂਆਂ ਦੀ ਥਾਂ ਹੁੰਦੀ ਤੇ ਪਸ਼ੂ ਰੱਖੇ ਜਾਂਦੇ ਹਨ ਉਹਨਾਂ ਨੂੰ ਆਪਾਂ ਹਵੇਲੀ ਕਹਿ ਦਿੰਦੇ ਆ ਠੀਕ ਹੈ ਠੀਕ ਹੈ ਫਰੈਂਡਸ ਅੱਗੇ ਆਪਾਂ ਦੇਖਦੇ ਹਾਂ ਮਲਵਾਈ ਉਪਪਾਸ਼ਾ ਹੁਣ ਆਪਾਂ ਮਾਝੀ ਉਪਪਾਸ਼ਾ ਦੀ ਗੱਲ ਕਰ ਲਈ ਹੁਣ ਆਪਾਂ ਗੱਲ ਕਰਦੇ ਹਾਂ ਮਲਵਾਈ ਉਪਪਾਸ਼ਾ ਮਲਵਾਈ ਉਪਪਾਸ਼ਾ ਦੇ ਮਾਲਵੇ ਦੇ ਇਲਾਕੇ ਦੇ ਇਹ ਮਾਲਵੇ ਦੇ ਇਲਾਕੇ ਦੀ ਉਪ ਬੋਲੀ ਹੈ ਠੀਕ ਹੈ ਮਾਲਵਾ ਦਾ ਮਾਲਵ ਦਾ ਕਿਹੜਾ ਇਲਾਕਾ ਹੋਇਆ ਮਾਲਵ ਆਰਿਆ ਲੋਕਾਂ ਦੀ ਇੱਕ ਬਹੁਤ ਪੁਰਾਣੀ ਜਾਤੀ ਦਾ ਨਾਮ ਮੰਨਿਆ ਜਾਂਦਾ ਹੈ ਠੀਕ ਹੈ ਜャਹਤ ਜਿਹੜਾ ਮਾਲਵ ਹੈ ਉਹ ਆਰਿਆ ਲੋਕਾਂ ਦੀ ਪੁਰਾਣੀ ਜਾਤੀ ਦਾ ਨਾਮ ਹੀ ਮੰਨਿਆ ਜਾਂਦਾ ਹੈ ਇਸ ਭਾਸ਼ਾ ਦੇ ਖੇਤਰ ਵਿੱਚ ਬਠਿੰਡਾ ਫਰੀਦਕੋਟ ਮੁਕਸਰ ਆ ਜਾਂਦਾ ਮੋਗਾ ਆ ਜਾਂਦਾ ਤੇ ਫਿਰੋਜ਼ਪੁਰ ਮਾਨਸਾ ਸੰਗਰੂਰ ਤੇ ਲੁਧਿਆਣਾ ਆ ਜਾਂਦਾ ਠੀਕ ਹੈ ਫਰੈਂਡਸ ਕਿਹੜੇ-ਕਿਹੜੇ ਏਰੀਆ ਆ ਜਾਂਦੇ ਆ ਬਠਿੰਡਾ ਫਰੀਦਕੋਟ ਮੁਕਸਰ ਮੋਗਾ ਫਿਰੋਜ਼ਪੁਰ ਮਾਨਸਾ ਸੰਗਰੂਰ ਅਤੇ ਲੁਧਿਆਣਾ ਆ ਜਾਂਦਾ ਠੀਕ ਹੈ ਫਰੈਂਡਸ ਇਨ੍ਹਾਂ ਤੋਂ ਬਿਨਾ ਕਿ ਇਨਾਂ ਤੋਂ ਇਲਾਵਾ ਠੀਕ ਹੈ ਇਨਾਂ ਤੋਂ ਇਲਾਵਾ ਹੋਰ ਕਿ ਕੀ ਹੈ ਹੋਰ ਕਿਤੇ ਕਿਤੇ ਏਰੀਆ ਆ ਜਾਂਦੇ ਜਿੱਥੇ ਮਲਵਈ ਉਪਭਾਸ਼ਾ ਬੋਲੀ ਜਾਂਦੀ ਹੈ ਲੁਧਿਆਣੇ ਦੀ ਰੋਪਣ ਨਾਲ ਲੱਗਦੀ ਹੱਦ ਠੀਕ ਹੈ ਇੱਕ ਤਾਂ ਲੁਧਿਆਣੇ ਦੀ ਰੋਪਣ ਨਾਲ ਲੱਗਦੀ ਹੱਦ ਦੇ ਵਿੱਚ ਮਲਵਈ ਉਪਭਾਸ਼ਾ ਯੂਜ਼ ਕੀਤੀ ਜਾਂਦੀ ਹੈ ਤੇ ਪਟਿਆਲੇ ਦੇ ਸੰਗਰੂਰ ਦੇ ਪੱਛਮੀ ਹੱਦ ਦੇ ਇਲਾਕੇ ਦੇ ਪੱਛਮੀ ਹੱਦ ਦੇ ਇਲਾਕੇ ਵੀ ਆ ਜਾਂਦੇ ਹਨ ਠੀਕ ਹੈ ਇਜੀ ਆਪਾਂ ਵਿਆਕਰਨਿਕ ਵਿਸ਼ੇਸ਼ਤਾਵਾਂ ਦੇਖ ਲੈਣੇ ਆ ਪਹਿਲੀ ਹੈਗੀ ਮਲਵਈ ਉਪਭਾਸ਼ਾ ਮੁੱਖ ਤੌਰ ਤੇ ਇੱਕ ਵਿయోగਾਤਮਕ ਭਾਸ਼ਾ ਕਿਵੇਂ ਹੈ ਕੋਠਿਓ ਡਿਗਾ ਤੋਂ ਆਪਾਂ ਕੋਠੇ ਤੋਂ ਡਿਗਾ ਯੂਜ਼ ਕਰਦੇ ਠੀਕ ਹੈ ਕੋਠਿਓ ਡਿਗਾ ਤੋਂ ਵਿయోగਾਤਮਕ ਹੈ ਠੀਕ ਹੈ ਕਿਵੇਂ ਹੈ ਕੋਠਿਓ ਡਿਗਾ ਤੋਂ ਕੋਠੇ ਤੋਂ ਡਿਗਾ ਠੀਕ ਹੈ ਅਗਰੀ ਅਗਲੀ ਹੈਗੀ ਅਗਲਾ ਵੀ ਇੱਕ ਹੋਰ ਵੀ ਐਗਜ਼ਾਮਪਲ ਹੈਗੀ ਆਪਣੀ ਆ ਦੇਖੋ ਪਲਕੇ ਆਵਾਂਗੇ ਆਪਾਂ ਕਹਿੰਦੇ ਆ ਭਲਕੇ ਆਵਾਂਗੇ ਮਗਰ ਵਿਯੋਗਾਤਮਕ ਕਿਵੇਂ ਆਏਗਾ ਕੱਲ ਨੂੰ ਆਉਂਗਾ ਕੱਲ ਨੂੰ ਆਉਂਗਾ ਮਲਬਾਈ ਭਾਸ਼ਾ ਵਿੱਚ ਕਿਵੇਂ ਯੂਜ਼ ਕੀਤਾ ਜਾਂਦਾ ਕੱਲ ਨੂੰ ਆਉਂਗਾ ਠੀਕ ਹੈ ਉਸ ਤੋਂ ਬਾਅਦ ਦੂਜਾ ਆਪਸ਼ਨ ਹੈ ਆਪਣਾ ਦੂਜਾ ਵਿਕੈਨਿਕ ਵਿਸ਼ੇਸ਼ਤਾ ਹੈ ਮਲਬਾਈ ਵਿੱਚ ਵੀ ਨੇ ਸੰਬੰਧਕ ਦੀ ਵਰਤੋ ਮਾਝੀ ਉਪਾਸ਼ਾ ਮੰਗੀ ਕੀਤੀ ਜਿਵੇਂ ਆਪਾਂ ਨੇ ਨੇ ਸੰਬੰਧ ਦੇ ਦੇਖੇ ਸੀ ਨਾ ਕਿ ਉਹਦਾ ਉਹਦਾ ਕਰਮ ਕਿਰਿਆ ਨਾਲ ਉਹਦਾ ਸੰਬੰਧ ਜੁੜੀ ਜਾਂਦਾ ਹੈ ਉਹੀ ਸੇਮ ਟੂ ਸੇਮ ਮਲਵਈ ਉਪਾਸ਼ਾਚੂ ਵੀ ਸੇਮ ਹੀ ਹੈ ਇਸ ਤਰ੍ਹਾਂ ਦੇ ਵਿਸ਼ੇਸ਼ਤਾਵਾਂ ਠੀਕ ਹੈ ਨੇਦੀ ਉਸ ਤੋਂ ਅਗਲਾ ਆਪਾਂ ਦੇਖਦੇ ਹਾਂ ਅਗਲੀ ਵਿਸ਼ੇਸ਼ਤਾ ਮਲਵਈ ਵਿੱਚ ਭਵਿੱਖਵਾਚੀ ਕਿਰਿਆ ਦਾ ਗਾ ਵਾਲਾ ਰੂਪ ਏਡਾ ਗਾ ਵਾਲਾ ਰੂਪ ਹੁੰਦਾ ਨਾ ਪਿਖਵਾਚੀ ਰੂਪ ਦਾ ਰੂਪ ਦਾ ਰੂਪ ਹੀ ਵਰਤੇ ਜਾਂਦਾ ਹੈ ਅਤੇ ਇਹ ਕਿਰਿਆ ਲਿੰਗ ਅਤੇ ਵਚਨ ਅਨੁਸਾਰ ਰੂਪ ਬਦਲਦੀ ਰਹਿੰਦੀ ਹੈ ਜਿਵੇਂ ਆਪਾਂ ਨੇ ਉੱਥੇ ਦੇਖਿਆ ਸੀ ਠੀਕ ਹੈ ਉਸ ਹਿਸਾਬ ਸੇ ਦੇਖ ਰਹੇ ਹਾਂ ਜਾਵਾਂਗੇ ਜਾਵਾਂਗੀ ਜਾਵਾਂਗੇ ਜਾਵਾਂਗੀ ਠੀਕ ਹੈ ਉਸ ਤੋਂ ਬਾਅਦ ਭੂਤਕਾਲ ਦੀ ਸਹਾਇਕ ਕਿਰਿਆ ਦੇ ਮਾਜੀ ਵਿੱਚ ਪੁਰਖ ਅਤੇ वचन ਅਨੁਸਾਰ ਪੰਜ ਰੂਪ ਹਨ ਠੀਕ ਹੈ ਭੂਤਕਾਲ ਦੀ ਸਹਾਇਕ ਕਿਰਿਆ ਦੇ ਮਾਜੀ ਵਿੱਚ ਪੁਰਖ ਅਤੇ वचन ਅਨੁਸਾਰ ਪੰਜ ਰੂਪ ਹਨ ਕਿਹੜੇ ਕਿਹੜੇ ਰੂਪ ਹਨ ਠੀਕ ਹੈ ਆਪਾਂ ਨੇ ਦੇਖਿਆ ਸੀ ਸੀ ਦੇ ਸੀ ਉਹ ਬੈਠਾ ਸੀ ਠੀਕ ਹੈ ਪੰਜ ਰੂਪ ਹਨ ਠੀਕ ਹੈ ਹਰੇਕ ਜਿਹੜੇ ਆਪਣੇ ਭੂਤਕਾਲ ਦੇ ਪੰਜ ਰੂਪ ਹਨ ਆਪਾਂ ਨਾਲ ਅਲੱਗ-ਅਲੱਗ ਸੈਂਟੈਂਸਸ ਨਾਲ ਯੂਜ਼ ਕਰ ਸਕਦੇ ਹਾਂ ਮੈਂ ਜਿਹੜੀ ਸੀ ਦੀ ਸੀ ਦੀ ਵਰਤੋਂ ਹੈ ਨਾ ਸੀਦੀ ਵਰਤੋਂ ਹਰੇਕਰ ਕਾਲ ਵਿੱਚ ਹਰੇਕ ਰੂਪ ਵਿੱਚ ਇੱਕ ਇੱਕੋ ਤਰ੍ਹਾਂ ਹੀ ਯੂਜ਼ ਹੁੰਦੀ ਹੈ ਕਿਵੇਂ ਯੂਜ਼ ਹੁੰਦੀ ਹੈ ਜਿਵੇਂ ਮੈਂ ਬੈਠਾ ਸੀ ਤੁਸੀਂ ਬੈਠੇ ਸੀ ਉਹ ਬੈਠੇ ਸੀ ਅਸੀਂ ਬੈਠੇ ਸੀ ਇੱਕੀ ਵਰਤੋਂ ਹੋ ਰਹੀ ਹੈ ਨਾ ਠੀਕ ਹੈ ਸਾਇ ਕਿਰਿਆ ਦੀ ਇੱਕੋ ਹੀ ਵਰਤੋਂ ਹੋ ਰਹੀ ਹੈ ਠੀਕ ਹੈ ਨਾ ਫਰੈਂਡਸ ਅਗਲੀ ਵਿਸ਼ੇਸ਼ਤਾ ਮਲਵਈ ਉਪਪਾਚਾ ਵਿੱਚ ਕਈ ਵਾਰੀ ਪੰਨਾਵੀਂ ਰੂਪ ਅਸੀਂ ਅਤੇ ਤੁਸੀਂ ਦੀ ਵਰਤੋਂ ਵੀ ਨਾਲ ਨਾਲ ਅਸਾਡਾ ਸਾਡਾ ਤੇ ਤੁਹਾਡਾ ਦੀ ਵਰਤੋਂ ਵੀ ਨਾਲ ਨਾਲ ਹੁੰਦੀ ਹੈ ਮਿਆ ਸੇਦੂਸੀ ਕਹਨੇ ਨਾ ਉਹਦੇ ਨਾਲ ਨਾਲ ਮਲਵਈ ਉਪਭਾਸ਼ਾ ਵਿੱਚ ਛੋਟਾ ਸਾਡਾ ਥੋਡਾ ਦੇ ਵੀ ਵਰਤੋਂ ਹੁੰਦੀ ਹੈ ਮਲਵਈ ਵਿੱਚ ਦਾ ਦੇ ਦੀ ਠੀਕ ਹੈ ਦਾ ਦੇ ਦੀ ਦੇ ਨਾਲ ਨਾਲ ਕ ਕੇ ਕੀ ਅਧਿਸਵੰਦਕ ਦੀ ਪ੍ਰਚਲਿਤ ਹਨ ਕਿਵੇਂ ਪ੍ਰਚਲਿਤ ਹਨ ਦੇਖਦੇ ਆਪਾਂ ਵੀ ਬੰਤੇ ਦਾ ਘਰ ਇਹਨੂੰ ਆਪਾਂ ਮਲਵਈ ਭਾਸ਼ਾ ਵਿੱਚ ਕਿਵੇਂ ਕਹਿ ਸਕਦੇ ਆ ਨਾਲ ਨਾਲ ਬੰਤੇ ਕਾ ਘਰ ਬੰਤੇ ਕਾ ਘਰ ਸੰਤੇ ਦੀ ਸੰਤੇ ਦੀ ਮੱਝ ਠੀਕ ਹੈ ਉਰੇ ਕੀ ਕਵਾਂਗੇ ਆਪਾਂ ਸੰਤੇ ਕੀ ਮੱਜ ਮਲਵਈ ਪਾਸ਼ਾਚ ਕਿਵੇਂ ਕਵਾਂਗੇ ਸੰਤੇ ਦੀ ਸੰਤੇ ਕੀ ਮੱਜ ਠੀਕ ਹੈ ਇਹ ਇਵੇਂ ਮਲਵਈ ਪਾਸ਼ਾ ਵਿੱਚ ਯੂਜ਼ ਹੁੰਦਾ ਹੈ ਠੀਕ ਹੈ ਫਰੈਂਡਸ ਹੁਣ ਆਪਾਂ ਨੈਕਸਟ ਉਪਭਾਸ਼ਾ ਦੇਖਦੇ ਹਾਂ ਦੁਆਬੀ ਉਪਭਾਸ਼ਾ ਦੁਆਬੀ ਉਪਭਾਸ਼ਾ ਕਿਵੇਂ ਕਵਾਂਗੇ ਸਤਲੁਜ ਅਤੇ ਬਿਆਸ ਦੇ ਦਰਿਆਵਾਂ ਦੇ ਵਿਚਕਾਰ ਪੈਣ ਵਾਲੇ ਇਲਾਕੇ ਨੂੰ ਦੁਆਬ ਦਾ ਇਲਾਕਾ ਕਿਹਾ ਜਾਂਦਾ ਹੈ ਪਤਾ ਹੀ ਹੈ ਠੀਕ ਹੈ ਸਤਲੁਜ ਅਤੇ ਬਿਆਸ ਦੇ ਦਰਿਆਵਾਂ ਦੇ ਵਿਚਕਾਰ ਯਾਦ ਰੱਖਿਓ ਐਮਸੀ ਕੁਝ ਪੁੱਛ ਲਿਆ ਜਾਂਦਾ ਹੈ ਕਿ ਦੁਆਬੀ ਉਪਭਾਸ਼ਾ ਕਿੱਥੇ ਹੁੰਦੀ ਹੈ ਕਿਹੜੇ ਇਲਾਕੇ 'ਚ ਬੋਲੀ ਜਾਂਦੀ ਹੈ ਸਤਲੂ ਅਤੇ ਬਿਆਸ ਤੇ ਦਰਿਆਵਾਂ ਦੇ ਵਿਚਕਾਰ ਪੈਣ ਵਾਲੇ ਜਿਹੜੇ ਇਲਾਕੇ ਹੁੰਦੇ ਉਹਨੂੰ ਦੁਆਬ ਕਿਹਾ ਜਾਂਦਾ ਹੈ ਦੁਆਬ ਦਾ ਸ਼ਾਬਦਿਕ ਕੀ ਅਰਥ ਹੈ ਦੁਆਬ ਦਾ ਸ਼ਾਬਦਿਕ ਅਰਥ ਹੈ ਦੋ ਪਾਣੀਆਂ ਦਾ ਦੋ ਦਰਿਆਵਾਂ ਦੇ ਵਿਚਕਾਰ ਵਾਲੀ ਧਰਤੀ ਠੀਕ ਹੈ ਸਤਲੂ ਅਤੇ ਬਿਆਸ ਦੇ ਵਿਚਕਾਰ ਵਾਲੀ ਜਿਹੜੀ ਧਰਤੀ ਹੈ ਉਸਨੂੰ ਆਪਾਂ ਦੁਆਬ ਕਿਹਾ ਜਾਂਦਾ ਹੈ ਠੀਕ ਹੈ ਦੁਆਬੀ ਉਪਭਾਸ਼ਾ ਹੀ ਉਸਨੂੰ ਕਹਾਂਗੇ ਉੱਥੇ ਦੇ ਰਹਿਣ ਵਾਲੇ ਲੋਕ ਜਿਹੜੀ ਭਾਸ਼ਾ ਬੋਲਦੇ ਆਂ ਉਸਨੂੰ ਆਪਾਂ ਦੁਆਬੀ ਉਪਭਾਸ਼ਾ ਵਾਂਗ ਕਹਾਂਗੇ ਇਸ ਵਿੱਚ ਕੜੇ-ਕੜੇ ਇਲਾਕੇ ਆ ਜਾਂਦੇ ਆ ਜਲੰਧਰ ਆ ਜਾਂਦਾ ਹੁਸ਼ਿਆਰਪੁਰ ਆ ਜਾਂਦਾ ਕਪੂਰਥਲਾ ਆ ਜਾਂਦਾ ਠੀਕ ਹੈ ਜਲੰਧਾ ਹੁਸ਼ਿਆਰਪੁਰ ਕਪੂਰਥਲਾ ਇਹ ਇਲਾਕੇ ਆ ਜਾਂਦੇ ਹਨ ਠੀਕ ਹੈ ਫਰੈਂਡਸ ਇਸ ਇਸਦੇ ਵੀ ਆਪਾਂ ਸੇਮ ਦੇਖਾਂਗੇ ਵਿਆਕਰਨਿਕ ਵਿਸ਼ੇਸ਼ਤਾਵਾਂ ਪਹਿਲੀ ਹੈਗੀ ਦੁਆਬੀ ਵਿੱਚ ਭੂਤਕਾਲੀ ਕਿਰਿਆ ਦੇ ਸੀ ਰੂਪ ਦੇ ਨਾਲ ਨਾਲ ਸੀਗਾ ਸੀਗੇ ਸੀਗੀ ਸੀਗੀਆਂ ਦਾ ਅਧਿਰੂਪ ਦੇ ਨਾਲ ਵੀ ਵਰਤੇ ਜਾਂਦੇ ਹਨ ਯਾਦ ਰੱਖਿਓ ਜਿਹੜਾ ਭੂਤਕਾਲੀ ਰੂਪ ਹੈ ਠੀਕ ਹੈ ਕਿਰਿਆ ਦੇ ਸੀ ਰੂਪ ਦੇ ਨਾਲ ਨਾਲ ਸੀਗਾ ਸੀਗੇ ਸੀਗੀ ਸੀਗੀਆਂ ਰੂਪ ਅਧਿਰੂਪੀ ਮਿਲਦੇ ਹਨ ਮਤਲਬ ਵਰਤੇ ਜਾਂਦੇ ਹਨ ਉਸ ਤੋਂ ਅਗਲਾ ਵਿਸ਼ੇਸ਼ਤਾ ਹੈ ਦੁਆਬੀ ਵਿੱਚ ਭੂਖਵਾਚੀ ਕਿਰਿਆ ਦੇ ਰੂਪ ਮਲਵਈ ਉਪਭਾਸ਼ਾ ਨਾਲ ਕਾਫੀ ਮਿਲਦੇ ਜੁਲਦੇ ਹਨ ਜਿਵੇਂ ਕਿ ਠੀਕ ਹੈ ਜਿਵੇਂ ਕਿ ਉਹਦੇ ਮਲਵਈ ਦੇ ਨਾਲ ਕਿਵੇਂ ਮਿਲਦੇ ਜੁਲਦੇ ਹਨ ਠੀਕ ਹੈ ਜਿਹੜਾ ਭੀਖਵਾਚੀ ਕਿਰਿਆ ਦੇ ਰੂਪ ਹੈ ਮਲਵਈ ਦੇ ਉਹ ਦੁਆਬੀ ਨਾਲ ਕਿਵੇਂ ਮਿਲਦੇ ਜੁਲਦੇ ਹਨ ਆਪਾਂ ਐਗਜ਼ਾਮਪਲ ਦੇਖ ਲੈਣੇ ਆ ਮੰਗੇ ਠੀਕ ਹੈ ਗੇ ਰੂਪ ਦੀ ਰੂਪ ਜਿਹੜਾ ਗ ਹੈ ਗਾ ਦੀ ਰੂਪ ਮਲਵਈ ਚ ਵੀ ਉਹ ਸੌਰੀ ਸੀ ਉਹਰੇ ਵੀ ਹੋ ਰਹੀ ਹੈ ਆ ਮੰਗੇ ਆਮਾਂਗੀ ਆਮਾਂਗੀਆਂ ਠੀਕ ਹੈ ਉਸ ਤੋਂ ਇਲਾਵਾ ਅਗਲੀ ਵਿਸ਼ੇਸ਼ਤਾ ਦੁਆਬੀ ਵਿੱਚ ਸਹਾਇਕ ਕਿਰਿਆ ਦੇ ਹੈ ਅਤੇ ਹਨ ਰੂਪਾਂ ਦੇ ਨਾਲ ਆ ਰੂਪ ਵਾਲਾ ਵੀ ਰੂਪ ਵਰਤੇ ਜਾਂਦੇ ਹਨ ਦੁਆਬੀ ਵਿੱਚ ਜਿਹੜੇ ਸਹਾਇਕ ਕਿਰਿਆਵਾਂ ਹੁੰਦੀਆਂ ਨਾ ਹੈ ਪਲੱਸ ਕਿਹੜਾ ਹਨ ਦੇ ਨਾਲ ਨਾਲ ਕਿਹੜਾ-ਕਿਹੜਾ ਰੂਪ ਵਰਤੇ ਜਾਂਦਾ ਆ ਦਾ ਰੂਪ ਵੀ ਨਾਲ ਹੀ ਵਰਤੇ ਜਾਂਦਾ ਕਿਵੇਂ ਵਰਤੇ ਜਾਂਦਾ ਉਹਦੀ ਐਗਜ਼ਾਮਪਲ ਵੀ ਨਾਲ ਹੀ ਦੇਖ ਲੈਣੇ ਆਪਾਂ ਉਹ ਗਿਆ ਹੋਇਆ ਹੈ ਠੀਕ ਹੈ ਆਪਾਂ ਐਵੇਂ ਕਹਿੰਦੇ ਆ ਉਹ ਗਿਆ ਹੋਇਆ ਹੈ ਮਗਰ ਦੁਆਬੀ ਉਪਾਸ਼ਾਚ ਕਿਵੇਂ ਹੋ ਸਕਦਾ ਉਹ ਗਿਆ ਹੋਇਆ ਆ ਆ ਆਪਾਂ ਨੂੰ ਕਹਿੰਦੇ ਉਹ ਗਿਆ ਹੋਇਆ ਠੀਕ ਹੈ ਉਰੇ ਆ ਦੀ ਵਰਤੋਂ ਕਰ ਲਈ ਆਪਾਂ ਨੇ ਠੀਕ ਹੈ ਹੁਣ ਆਪਾਂ ਸ਼ਬਦਾਵਲੀ ਦੇਖਦੇ ਆ ਜਿਵੇਂ ਮੈਂ ਬਾਕੀਆਂ ਚ ਦੇਖੀ ਸੀ ਕਿ ਬਨਵਾਈ ਉਪਾਸ਼ਾਚੇ ਕਿਹੜੇ ਕਿਹੜੇ ਸੈਂਟੈਂਸਸ ਨੂੰ ਕਿਹੜੇ ਕਿਹੜੇ ਸ਼ਬਦਾਂ ਨੂੰ ਕਿਸ ਤਰ੍ਹਾਂ ਬੋਲਿਆ ਜਾ ਸਕਦਾ ਦਰਮਿਆਨ ਨੂੰ ਆਪਾਂ ਕਿਵੇਂ ਕਹਿੰਦੇ ਆ ਗੱਬੇ ਠੀਕ ਹੈ ਘੋ ਉਹਨੂੰ ਕੇ ਠੀਕ ਹੈ ਜਾਨ ਨੂੰ ਜਨੇਤ ਠੀਕ ਹੈ ਆਨੰਦ ਕਾਰਜ ਨੂੰ ਫੇਰੇ ਮਾਂ ਨੂੰ ਬੀਬੀ ਠੀਕ ਹੈ ਫਰੈਂਡਸ ਹੁਣ ਆਪਾਂ ਅਗਲੀ ਉਪਭਾਸ਼ਾ ਵੇਖਦੇ ਹਾਂ ਪੁਆਦੀ ਉਪਭਾਸ਼ਾ ਪੁਆਦੀ ਉਪਭਾਸ਼ਾ ਦੇ ਪੂਰਬ ਦੇ ਇਲਾਕੇ ਵਿੱਚ ਬੋਲੀ ਜਾਂਦੀ ਹੈ ਕਿਹੜੇ ਇਲਾਕੇ ਚ ਬੋਲੀ ਜਾਂਦੀ ਹੈ ਪੰਜਾਬ ਦੇ ਪੂਰਬ ਦੇ ਇਲਾਕੇ ਵਿੱਚ ਬੋਲੀ ਜਾਂਦੀ ਹੈ ਠੀਕ ਹੈ ਪੁਆਦੀ ਸ਼ਬਦ ਦੀ ਉਤਪਤੀ ਪੂਰਵ ਅਰਧ ਤੋਂ ਮੰਨੀ ਜਾਂਦੀ ਹੈ ਜਿਸ ਦਾ ਅਰਥ ਹੁੰਦਾ ਹੈ ਯਾਦ ਰੱਖਿਓ ਜਿਸ ਦਾ ਅਰਥ ਪੂਰਬ ਵਾਲੇ ਪਾਸੇ ਦਾ ਅੱਧਾ ਹਿੱਸਾ ਠੀਕ ਹੈ ਇਸ ਖੇਤਰ ਵਿੱਚ ਕਿਹੜੇ-ਕਿਹੜੇ ਆ ਜਾਂਦੇ ਆ ਪੁਆਦੀ ਉਪਭਾਸ਼ਾ ਕਿਹੜੀ ਕਹੀ ਜਾਂਦੀ ਹੈ ਪੂਰਬ ਵਾਲੇ ਪਾਸੇ ਦਾ ਅੱਧਾ ਹਿੱਸਾ ਨੂੰ ਕਿਹਾ ਜਾਂਦਾ ਹੈ ਠੀਕ ਹੈ ਇਸ ਖੇਤਰ ਵਿੱਚ ਕਿਹੜੇ ਕਿਹੜੇ ਇਲਾਕੇ ਆ ਜਾਂਦੇ ਆ ਰੋਪੜ ਆ ਜਾਂਦਾ ਪਟਿਆਲਾ ਆ ਜਾਂਦਾ ਠੀਕ ਹੈ ਸੰਗਰੂਰ ਆ ਜਾਂਦਾ ਪੂਰਵੀ ਹਿੱਸੇ ਜਿਵੇਂ ਕਿ ਇਹਨਾਂ ਤਿੰਨਾਂ ਦੇ ਪੂਰਵੀ ਹਿੱਸੇ ਆ ਜਾਂਦੇ ਆ ਰੋਪੜ ਪਟਿਆਲਾ ਸੰਗਰੂਰ ਦੇ ਪੂਰਵੀ ਹਿੱਸੇ ਤੇ ਜ਼ਿਲ੍ਹਾ ਫਤਿਹਗੜਸਾ ਹੁਸ਼ਿਆਰਪੁਰ ਦਾ ਰੋਪੜ ਨਾਲ ਲੱਗਦਾ ਇਲਾਕਾ ਠੀਕ ਹੈ ਹਰਿਆਣੇ ਵਿੱਚ ਜ਼ਿਲ੍ਹਾ ਅੰਬਾਲਾ ਅਤੇ ਜੀਨ ਦੀ ਪੱਛਮੀ ਹਿੱਸਾ ਅਤੇ ਜ਼ਿਲ੍ਹਾ ਹਿਸਾਰ ਅਤੇ सिरसा ਦਾ ਕੁਝ ਖੇਤਰ ਵੀ ਆ ਜਾਂਦਾ ਆਪਾਂ ਦੁਬਾਰਾ ਰਿਪੀਟ ਕਰ ਲੈਨੇ ਆ ਕਿਹੜਾ ਕਿਹੜਾ ਜ਼ਿਲ੍ਹਾ ਰੋਪੜ ਪਟਿਆਲਾ ਸੰਗਰੂਰ ਦੇ ਪੂਰਬੀ ਹਿੱਸੇ ਠੀਕ ਹੈ ਪੂਰਬੀ ਹਿੱਸੇ ਤੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਹੁਸ਼ਿਆਰਪੁਰ ਦਾ ਰੋਪੜ ਨਾਲ ਲੱਗਦਾ ਇਲਾਕਾ ਜਿਹੜਾ ਹੁਸ਼ਿਆਰਪੁਰ ਦਾ ਹੈ ਉਹ ਰੋਪੜ ਨਾਲ ਲੱਗਦਾ ਇਲਾਕਾ ਉਹ ਆ ਜਾਂਦਾ ਤੇ ਹਰਿਆਣੇ ਵਿੱਚ ਕਿਹੜਾ ਇਲਾਕਾ ਆ ਜਾਂਦਾ ਅੰਬਾਲਾ ਅਤੇ ਜੀਨ ਅਤੇ ਜੀਨ ਦਾ ਪੱਛਮੀ ਹਿੱਸਾ ਠੀਕ ਹੈ ਤੇ ਜ਼ਿਲ੍ਹਾ ਹਿਸਾਰ ਠੀਕ ਹੈ ਜਿਲਾਈਸਾਰ ਅਤੇ सिरसा ਦੇ ਕੁਝ ਖੇਤਰ ਆ ਜਾਂਦੇ ਹਨ ਠੀਕ ਹੈ ਫਰੈਂਡਸ ਹੁਣ ਇਹਦੇ ਵੀ ਆਪਾਂ ਵਿਆਕਰਨ ਨੂੰ ਕੁਝ ਇਸ ਤਰ੍ਹਾਂ ਦੇਖਦੇ ਹਾਂ ਪੰਜਾਬੀ ਦੀਆਂ ਠੀਕ ਹੈ ਹੋਰ ਪਾਸ਼ਾਵਾਂ ਨਾਲੋਂ ਪਹਾੜੀ ਉਪਾਸ਼ਾਵਾਂ ਯਾਰਾ ਵਿయోగਾਤਮਕ ਠੀਕ ਹੈ ਕਿਵੇਂ ਵਿయోగਾਤਮਕ ਐਗਜ਼ਾਮਪਲ ਦੇਖਦੇ ਹਾਂ ਮੈਂ ਅੱਖੀਂ ਦੇਖਿਆ ਠੀਕ ਹੈ ਇਹ ਮਲਬਈ ਚ ਕਿਹਾ ਜਾਂਦਾ ਜਿਵੇਂ ਆਪਾਂ ਵਿయోగਾਤਮਕ ਦੇਖੀ ਸੀ ਉਹਦੇ ਕੀ ਹੈ ਮੈਂ ਅੱਖਾਂ ਨਾਲ ਦੇਖਿਆ ਇਸ ਨੂੰ ਹੋਰ ਵਿయోగਾਤਮਕ ਨਾਲ ਦਰਸਾਇਆ ਗਿਆ ਇਹਦੇ ਨਾਲ ਕੀ ਜੋੜਤਾ ਨਾਲ ਜੋੜਤਾ ਠੀਕ ਹੈ ਮੈਂ ਅੱਖਾਂ ਨਾਲ ਵੇਖਿਆ ਮੈਂ ਅੱਖੀ ਦੇਖਿਆ ਇਸ ਨੂੰ ਹੋਰ ਕਲੈਰਿਟੀ ਚ ਲਿਆਉਣ ਦਾ ਪਾਦਿਉ ਭਾਸ਼ਾ ਨੇ ਕਿਹਾ ਮੈਂ ਅੱਖਾਂ ਨਾਲ ਵੇਖਿਆ ਠੀਕ ਹੈ ਉਸ ਤੋਂ ਬਿਨਾਂ ਲਾਵਾ ਇੱਕ ਹੋਰ ਐਗਜ਼ਾਮਪਲ ਹੈ ਉਹ ਸ਼ਹਿਰੋਂ ਆਇਆ ਠੀਕ ਹੈ ਉਹ ਸ਼ਹਿਰੋਂ ਆਇਆ ਆਪਾਂ ਮਲਵਈ ਚ ਕਿਵੇਂ ਕਹਿੰਦੇ ਆ ਉਹ ਸ਼ਹਿਰੋਂ ਸ਼ਹਿਰੋਂ ਆਇਆ ਇਸ ਵਿੱਚ ਕਿਵੇਂ ਕਹਿ ਸਕਦੇ ਆ ਉਹ ਸ਼ਹਿਰ ਤੋਂ ਆਇਆ ਠੀਕ ਹੈ ਉਰੇ ਤੂੰ ਆਏਗਾ ਉਹ ਸ਼ਹਿਰ ਤੋਂ ਆਇਆ ਠੀਕ ਹੈ ਫਰੈਂਡਸ ਇਸ ਇਸ ਤਰ੍ਹਾਂ ਜਾਰਾ ਵਿਗ ਆਤਮਕ ਹੈ ਠੀਕ ਹੈ ਫਰੈਂਡਸ ਅਗਲਾ ਹੈਗਾ ਪੂਆਦੀ ਵਿੱਚ ਪੂਤਕਾਲਿਕ ਪੂਤਕਾਲੀ ਸਹਾਇਕ ਕਿਰਿਆ ਦਾ ਏ ਸੀ ਰੂਪ ਦੇ ਥਾਂ ਆਪਾਂ ਆਲੇ ਆਪਾਂ ਸੀ ਰੂਪ ਉੱਥੇ ਉਪਰ ਵਰਤਦੇ ਸਨ ਮਤਲਬ ਇਹ ਵਿੱਚ ਮਗਰ ਉਰੇ ਆਪਾਂ ਕਿਵੇਂ ਵਰਤਾਂਗੇ ਸੀ ਰੂਪ ਦੀ ਥਾਂ ਤਾ ਤੇ ਤੀ ਦਾ ਰੂਪ ਵਰਤਾਂਗੇ ਕਿਹੜਾ ਰੂਪ ਵਰਤਾਂਗੇ ਤਾ ਤੇ ਤੀ ਦਾ ਰੂਪ ਵਰਤੇ ਜਾਂਦਾ ਹੈ ਜਿਵੇਂ ਮੈਂ ਉੱਥੇ ਗਿਆ ਤਾਂ ਠੀਕ ਹੈ ਉਹ ਆਇਆ ਤੀ ਉਰੇ ਪਵਾਦੀ ਪਛੇ ਕੀ ਵਰਤੇ ਜਾਂਦਾ ਮੈਂ ਉੱਥੇ ਗਿਆ ਤਾਂ ਉਹ ਆਇਆ ਉਹ ਆਇਆ ਤੇ ਠੀਕ ਹੈ ਅਗਲੀ ਵਿਸ਼ੇਸ਼ਤਾ ਹੈ ਪੁਆਦੀ ਵਿੱਚ ਭੇਖਵਾਚੀ ਕਿਰਿਆ ਰੂਪ ਗਾ ਅੰਤਕ ਲਗਾ ਕੇ ਬਣਦੇ ਹਨ ਜਿਹੜੇ ਭੇਖਵਾਚੀ ਰੂਪ ਹੈ ਉਹ ਗਾ ਅੰਤਕ ਲਗਾ ਕੇ ਬਣਦੇ ਹਨ ਆਪਾਂ ਐਗਜ਼ਾਮਪਲ ਦੇਖ ਲੈਂਦੇ ਆ ਮੈਂ ਜਾਵਾਂਗਾ ਅਸੀਂ ਜਾਵਾਂਗੇ ਅਸੀਂ ਜਾਵਾਂਗੀ ਠੀਕ ਹੈ ਅਗਲੀ ਵਿਸ਼ੇਸ਼ਤਾ ਹੈ ਪੁਆਦੀ ਵਿੱਚ ਨੇਸਮੰਦਕ ਦੇ ਵਰਤੋਂ ਮਾਜੀ ਅਤੇ ਮਲਵਾਈ ਵਾਂਗ ਹੀ ਕੀਤੀ ਜਾਂਦੀ ਹੈ ਪੁਆਦੀ ਵਿੱਚ ਜਿਹੜੀ ਨੇਸਮੰਦੀ ਵਰਤੋਂ ਉਹ ਤਾਂ ਸਾਨੂੰ ਪਤਾ ਹੈ ਜਿਹੜਾ ਅਸੀਂ ਜਿਹੜੀ ਮਾਜੀ 'ਚ ਜਿਵੇਂ ਯੂਜ਼ ਕਰਦੇ ਸੀ ਕਰਤਾ ਜਿਵੇਂ ਆਪਾਂ ਤੁਹਾਨੂੰ ਦੱਸਿਆ ਸੀ ਨਾ ਕਰਤਾ ਦਾ ਕਰਮ ਤੋਂ ਥਾਕੇ ਕਰਮ ਦਾ ਕਿਰਿਆ ਨਾਲ ਜੁੜ ਜਾਂਦਾ ਕਰਤਾ ਦਾ ਸੰਬੰਧ ਕਰਮ ਦੀ ਥਾਂ ਦੇ ਉਹਦਾ ਕਿਰਿਆ ਨਾਲ ਜੁੜ ਜਾਂਦਾ ਉਹ ਹੀ ਆਪਾਂ ਉਰੇ ਕਹਿਣਾ ਚਾ ਰਹੇ ਸੇਮ ਹੁੰਦਾ ਮਾਜੀ ਮਾਜੀ ਵਾਂਗੀ ਹੁੰਦਾ ਠੀਕ ਹੈ ਤੇ ਪੁਆਦੀ ਵਿੱਚ ਅਗਲਾ ਵਿਸ਼ੇਸ਼ਤਾ ਹੈ ਪੁਆਦੀ ਵਿੱਚ ਕਿਰਿਆ ਦਾ ਵਰਤਮਾਨ ਰੂਪ ਦਾ ਲਗਾਉਣ ਦੀ ਥਾਂ ਜਿਹੜਾ ਪੁਆਦੀ ਵਿੱਚ ਕਿਰਿਆ ਦਾ ਵਰਤਮਾਨ ਰੂਪ ਦਾ ਲਗਾਉਣ ਦੀ ਥਾਂ ਆਪਾਂ ਹਾ ਲਗਾ ਕੇ ਵਰਤਦੇ ਹਾਂ ਕਿਵੇਂ ਵਰਤਦੇ ਹਾਂ ਜਿਵੇਂ ਆਪਾਂ ਕਹਿੰਨੇ ਕਰਦਾ ਪੂਰੇ ਕਮੇ ਕਰਾਂ ਕਰਾਂ ਠੀਕ ਹੈ ਲਿਖਦਾ ਲਿਖਾਂ ਠੀਕ ਹੈ ਇਹ ਪੁਆਦੀ ਉਪਭਾਸ਼ ਵਰਤੇ ਜਾਂਦੇ ਹਾ ਰੂਪ ਦੀ ਵਰਤੋਂ ਕੀਤੀ ਜਾਂਦੀ ਹੈ ਹਾ ਰੂਪ ਜਿਵੇਂ ਕਰਦਾ ਦੀ ਜਗ੍ਹਾ ਕਰਾਂ ਲਿਖਦਾ ਦੀ ਜਗ੍ਹਾ ਲਿਖਾਂ ਠੀਕ ਹੈ ਫਰੈਂਡਸ ਅਗਲੀ ਉਪਭਾਸ਼ਾ ਪੁਆਦੀ ਵਿੱਚ ਵੱਖ-ਵੱਖ ਪੰਨਾਵੀ ਰੂਪ ਪ੍ਰਚਲਿਤ ਹਨ ਇਸ ਵਿੱਚ ਅਸੀਂ ਅਸੀਂ ਅਤੇ ਤੁਸੀਂ ਦੇ ਨਾਮ ਨਾਲ ਜਿਵੇਂ ਆਪਾਂ ਮਲਵਈ ਵਿੱਚ ਦੇਖਿਆ ਸੀ ਠੀਕ ਹੈ ਅਸੀਂ ਦੇ ਤੁਸੀਂ ਦੇ ਨਾਮ ਨਾਲ ਅਮੇ ਅਮੇ ਤੁਮੇ ਹਮਾਨੋ ਹਮਨੋ ਹਮਾਨੋ ਮਾਰੇ ਥਾਰੇ ਠੀਕ ਹੈ ਅਦੀ ਦੇ ਰੂਪ ਹੀ ਵਰਤੇ ਜਾਂਦੇ ਪੁਆਦੀ ਵਿੱਚ ਕੀ ਕੀ ਵਰਤੇ ਜਾਂਦਾ ਅਸੀਂ ਤੁਸੀਂ ਦੇ ਨਾਲ ਨਾਲ ਹੰਮੇ ਤੁਮੇ ਹਮਾਨੂ ਮਾਰੇ ਥਾਰੇ ਅਦੀ ਦਾ ਰੂਪ ਵੀ ਪ੍ਰਚਲਿਤ ਹੈ ਪੁਆਦੀ ਵਿੱਚਲੇ ਸੰਬੰਧਕ ਦੀ ਖਾਸ ਕਿਸਮ ਦੇ ਹਨ ਜੋ ਕਿ ਪੰਜਾਬੀ ਦੀ ਦੂਜੀ ਭਾਸ਼ਾਵਾਂ ਨਾਲੋਂ ਵੀ ਨਹੀਂ ਬੋਲੇ ਜਾਂਦੇ ਜਿਵੇਂ ਕਿ ਜਿਵੇਂ ਕਿ ਗੈਲ ਨਾਲ ਠੀਕ ਹੈ ਬਿਚਵਾ ਪੁ ਆਪ ਪਾਸ਼ਾ ਚੀਮੇ ਵਰਤਿਆ ਜਾਂਦਾ ਹੈ ਗੈਲ ਨਾਲ ਨੂੰ ਆਪਾਂ ਗੈਲ ਕਹਿੰਨੇ ਆਪਾਂ ਠੀਕ ਹੈ ਵਿਚ ਵਿਚਵਾ ਲਵੇਂ ਨੇੜੇ ਕੋਲ ਠੀਕ ਹੈ ਅਗਰ ਵਿਸ਼ੇਸ਼ਤਾ ਹੈ ਪੁਆਦੀ ਵਿੱਚ ਕਈ ਕਿਰਿਆ ਰੂਪੇ ਥੋੜਾ ਬ੍ਰੇਕ ਆ ਮੇਰੇ ਨਾਲ ਚੱਲਿਓ ਤੁਸੀਂ ਪੁਆਦੀ ਵਿੱਚ ਕਈ ਕਿਰਿਆ ਰੂਪ ਵੀ ਟਕਸਾਲੀ ਪੰਜਾਬੀ ਨਾਲੋਂ ਵੱਖਰੇ ਹਨ ਠੀਕ ਹੈ ਕਿ ਕਿਹੜੇ ਕਈ ਕਿਰਿਆ ਰੂਪ ਹੈ ਪੰਜਾਬੀ ਟਕਸਾਲੀ ਨਾਲੋਂ ਵੱਖਰੇ ਹਨ ਜਿਵੇਂ ਕਿ ਜਾਂਦਾ ਹੈ ਉਹਨੂੰ ਆਪਾਂ ਲਿਖਿਆ ਜਾਹਾ ਠੀਕ ਹੈ ਖਾਂਦਾ ਹੈ ਠੀਕ ਹੈ ਖਾ ਪੁਆਦੀ ਉਪਭਾਸ਼ਾ ਚ ਦਿੰਦਾ ਹੈ ਦੇਹਾ ਠੀਕ ਹੈ ਇਸ ਤਰ੍ਹਾਂ ਵਰਤੇ ਜਾਂਦਾ ਤੁਸੀਂ ਚਿੰਤਾ ਨਾ ਕਰੋ ਜਿਵੇਂ ਕਿਰਿਆ ਹੈ ਠੀਕ ਹੈ ਠੀਕ ਹੈ ਕਿਰਿਆ ਲਿਪੀ ਠੀਕ ਹੈ ਆਪਾਂ ਸਾਰੇ ਚੀਜ਼ਾਂ ਨੂੰ ਸਮਝਾਂਗੇ ਉਰੇ ਆਪਾਂ ਪਾਸ਼ਾਵਾਂ ਦੀ ਗੱਲ ਕਰ ਰਹੇ ਹਾਂ ਠੀਕ ਹੈ ਮੈਂ ਹਰੇਕ ਚੀਜ਼ ਦਾ ਪੂਰਾ ਡਿਟੇਲਡ ਐਕਸਪਲੇਨਸ਼ਨ ਕਰਾਂਗਾ ਠੀਕ ਹੈ ਫਰੈਂਡਸ ਇਹ ਜਿਹੜੇ ਸ਼ੇਸ਼ਬਦ ਆਵਲੀ ਦੇਖ ਲੈਣੇ ਆ ਜਿਹੜੇ ਪੁਆਦੀ ਉਪਭਾਸ਼ਾ ਚ ਯੂਜ਼ ਕੀਤਾ ਜਾਂਦਾ ਹੈ ਮੱਜ ਨੂੰ ਕੀ ਜਾਂਦਾ ਮੈਂਸ ਠੀਕ ਹੈ ਮੈਂਸ ਠੀਕ ਹੈ ਆਈ ਬ੍ਰੋਨ ਕੀ ਕੀ ਆਂਦਾ ਪਰਵੱਟੇ ਠੀਕ ਹੈ ਉਹ ਥੋੜਾ ਇੰਗਲਿਸ਼ ਚ ਲਿਖਿਆ ਹੋ ਕੇ ਮੇਰੇ ਖੁਦ ਦੇ ਨੋਟਸ ਹੈ ਨਾ ਥੋੜਾ ਇੰਗਲਿਸ਼ ਚ ਲਿਖਿਆ ਠੀਕ ਹੈ ਫਰੈਂਡਸ ਗਾ ਨੂੰ ਕੀ ਗਾ ਨੂੰ ਕੀ ਆਂਦਾ ਗੇ 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 ਕੀ ਆਂਦਾ ਗੇ ਠੀਕ ਹੈ ਹੁਣ ਆਪਾਂ ਆਪਣੀ ਲਾਸਟ ਉਪਾਸ਼ਾਵਾਂ ਦੇਖਾਂਗੇ ਪੋਟੋ ਹਾਰੀ ਉਪਾਸ਼ਾ ਪੋਟੋ ਹਾਰੀ ਕਿਹੜੀ ਉਪਾਸ਼ਾ ਹੁੰਦੀ ਹੈ ਪੰਜਾਬੀ ਦੀ ਪੱਛਮੀ ਉਪਾਸ਼ਾ ਠੀਕ ਹੈ ਪੂਰਬੀ ਕਿਹੜੀ ਸੀ ਪੂਰਬ ਉਪਾਸ਼ਾ ਉਹ ਈਡੀ ਕਿਹੜੀ ਹੈ ਪੱਛਮੀ ਉਪਾਸ਼ਾ ਪੋਟੋਵਾਰੀ ਦੇ ਇਲਾਕੇ ਕਿਹੜੇ ਨੇ ਇਹ ਪੋਟੋਵਾਰੀ ਪੋਟੋਖਾਰ ਦੇ ਇਲਾਕੇ ਦੀ ਬੋਲੀ ਹੈ ਠੀਕ ਹੈ ਕਿਹੜੇ ਇਲਾਕੇ ਦੀ ਬੋਲੀ ਹੈ ਪੋਟੋਖਾਰ ਦੇ ਇਲਾਕੇ ਦੀ ਬੋਲੀ ਹੈ ਠੀਕ ਹੈ ਇਹ ਇਲਾਕਾ ਪੰਜਾਬ ਦੇ ਉੱਤਰ ਪੱਛਮ ਵਿੱਚ ਸਥਿਤ ਹੈ ਠੀਕ ਹੈ ਉੱਤਰ ਦੇ ਉੱਤਰੀ ਪੱਛਮ ਵਿੱਚ ਸਥਿਤ ਹੈ ਇਹ ਬੋਲੀ 라ਵਲਪਿੰਡੀ ਕਿੱਥੇ ਕਿੱਥੇ ਬੋਲੀ ਜਾਂਦੀ ਹੈ 라ਵਲਪਿੰਡੀ ਜੇਲਮ ਗੁਜਰਾਤ ਤੇ ਅਟਕ ਵਿੱਚ ਅਦੀ ਦੇ ਇਲਾਕੇ ਵਿੱਚ ਬੋਲੀ ਜਾਂਦੀ ਹੈ ਠੀਕ ਹੈ ਇਸ ਵਿੱਚ ਕਿਹੜੀਆਂ ਮੁੱਖ ਵਿਸ਼ੇਸ਼ਤਾਵਾਂ ਆ ਜਾਂਦੀਆਂ ਠੀਕ ਹੈ ਜੀ ਆਪਾਂ ਨੇ ਦੇਖਿਆ ਹਾਂ ਇਹ ਆਪਾਂ ਦੇਖਣ ਦੀ ਲੋੜ ਨਹੀਂ ਆਪਾਂ ਨੇ ਵਿਵੇਕਾਨੀ ਵਿਆਕਰਨਿਕ ਵਿਸ਼ੇਸ਼ਤਾਵਾਂ ਦੇਖਣੀਆਂ ਠੀਕ ਹੈ ਆਪਾਂ ਨੇ ਦੇਖਣੀ ਹੈ ਵਿਆਕਰਨਿਕ ਵਿਸ਼ੇਸ਼ਤਾਵਾਂ ਪੋਟੋਹਾਰੀ ਉਪਾਸ਼ਾਵਾਂ ਵਿੱਚ ਪੰਜਾਬ ਦੀਆਂ ਹੋਰਨਾਂ ਪੋਸ਼ਾਵਾਂ ਨਾਲੋਂ ਵੱਖਰੇ ਸੰਯੋਗਾਤਮਕ ਕਿਵੇਂ ਵਧੇਰੇ ਸੰਯੋਗਾਤਮਕ ਕਿਵੇਂ ਹੈ ਮੈਂ ਸੁੱਤਾ ਸੁੱਤਮ ਠੀਕ ਹੈ ਉਹ ਮਾਰਦਾ ਉਹ ਮਾਰਦਾ ਹੈ ਉਹ ਮਾਰੇਉਂ ਇਹਵੇਂ ਯੂਜ਼ ਕੀਤਾ ਜਾਂਦਾ ਹੈ ਠੀਕ ਹੈ ਪੋਟੋਹਾਰੀ ਵਿੱਚ ਮੈਂ ਸੁੱਤਾ ਸੁੱਤਮ ਠੀਕ ਹੈ ਉਹ ਮਾਰਦਾ ਹੈ ਉਹ ਮਾਰੇਉਂ ਠੀਕ ਹੈ ਸ਼ਬਦ ਦਾ ਸੈਂਟੈਂਸ ਇਵੇਂ ਜੋੜਿਆ ਜਾਂਦਾ ਹੈ ਉਹ ਮਾਰਦੇ ਨੇ ਮਾਰੇ ਉਹ ਨੇ ਠੀਕ ਹੈ ਇਵੇਂ ਆਪਾਂ ਕਹਿੰਦੇ ਆ ਨਾ ਉਹ ਨੂਨ ਕਹਿੰਦੇ ਆ ਉਹ ਮਾਰੇ ਉਹ ਨੇ ਮਾਰੇ ਉਹ ਨੇ ਉਹ ਇਵੇਂ ਕਹਿੰਦੇ ਆ ਆਪਾਂ ਉਹ ਮਾਰਦੇ ਹਨ ਠੀਕ ਹੈ ਆਪਾਂ ਇਵੇਂ ਕਹਿੰਦਾ ਉਹ ਮਾਰਦੇ ਹਨ ਮਗਰ ਪੋਠੋਹਾਰੀ ਉਪਾਸ਼ਾਚ ਕਿਵੇਂ ਕਹਿੰਦਾ ਉਹ ਮਾਰੇ ਉਹ ਨੇ ਠੀਕ ਹੈ ਜਿਵੇਂ ਕਿ ਉਹ ਮਾਰਦਾ ਹੈ ਠੀਕ ਹੈ ਇਹ ਆਪਾਂ ਇਵੇਂ ਨੋਰਮਲ ਬੋਲਦੇ ਆ ਮਗੈਸਵਿਚ ਕਿਵੇਂ ਕਹਿੰਦਾ ਪੋਠੋਹਾਰੀ ਉਪਾਸ਼ਾਚ ਉਹ ਮਾਰੇ ਉਹ ਠੀਕ ਹੈ ਪਟੋਹਾਰੀ ਵਿੱਚ ਭੁਕਿਖਵਾਚੀ ਕਿਰਿਆ ਰੂਪ ਲਈ ਸ਼ਬਦ ਦੀ ਅੰਤਲੀ ਸਥਿਤੀ ਵਿੱਚ ਸਹ ਤੁਨੀ ਦੀ ਵਰਤੋਂ ਹੁੰਦੀ ਹੈ ਠੀਕ ਹੈ ਕੀਤੀ ਜਾਂਦੀ ਹੈ ਕਿਵੇਂ ਕੀਤੀ ਜਾਂਦੀ ਹੈ ਭੁਕਿਖਵਾਚੀ ਕਿਰਿਆ ਰੂਪ ਲਈ ਸ਼ਬਦ ਜਿਹੜੀ ਅੰਤਲੀ ਸਥਿਤੀ ਨੇ ਉਸ ਵਿੱਚ ਸਹ ਰੂਪ ਦੀ ਤੁਨੀ ਦੀ ਵਰਤੋਂ ਕੀਤੀ ਜਾਂਦੀ ਹੈ ਆਪਾਂ ਤੁਨੀ ਵੀ ਸਮਝਾਂਗੇ ਠੀਕ ਹੈ ਆਉਣ ਵਾਲੇ ਲੈਕਚਰ ਵਿੱਚ ਜਿਵੇਂ ਕਿ ਜਾਵਾਂ گے ਜਾਵਾਂਗਾ ਜਾਸਾਂ ਠੀਕ ਹੈ ਲਿਖਾਂਗਾ ਲਿਖਸਾਂ ਸਾਂਦੀ ਵਰਤੋਂ ਪੀਖਾ ਚੀ ਰੂਪ ਜਿਵੇਂ ਆ ਜਾਵਾਂਗੇ ਲਿਖਾਂਗੇ ਪੜਾਂਗੇ ਪੜਾਂਗੇ ਠੀਕ ਆ ਪੜਾਂਗੀਆਂ ਠੀਕ ਆ ਉਦੀ ਹੈਗਾ ਜਿਹੜਾ ਗਾ ਰੂਪ ਹੈ ਗ ਰੂਪ ਦੀ ਜਗਾ ਸਾਰ ਰੂ ਵਰਤੇ ਜਾ ਰਿਹਾ ਜਾਸਾਂ ਲਿਖਸਾਂ ਪੜਸਾਂ ਠੀਕ ਹੈ ਇਹ ਰੂਪ ਵਰਤਿਆ ਜਾਂਦਾ ਕਿਸ ਵਿੱਚ ਵਰਤਿਆ ਜਾਂਦਾ ਪੋਠੋਵਾਰੀ ਉਪਭਾਸ਼ਾ ਵਿੱਚ ਪੋਠੋਵਾਰੀ ਵਿੱਚ ਸਮਾਸੀ ਸਮਾਸਿਕ ਕਿਰਿਆਵਾਂ ਦੇ ਪਹਿਲੇ ਹਿੱਸੇ ਨਾਲ ਈ ਸਵਰ ਦੀ ਵਰਤੋਂ ਕੀਤੀ ਜਾਂਦੀ ਹੈ ਕਿਵੇਂ ਕੀਤੀ ਜਾਂਦੀ ਹੈ ਮੇ ਰੱਖ ਛੱਡ ਰੱਖੀ ਛੱਡ ਠੀਕ ਹੈ ਇਵੇਂ ਵਰਤੇ ਜਾਂਦਾ ਹੈ ਈ ਵਰਤੋ ਯਾਨੀ ਰੱਕ ਛੱਡ ਕੇ ਨੇ ਰੱਕ ਛੱਡ ਠੀਕ ਹੈ ਜਿਵੇਂ ਸੱਦ ਲਿਆ ਇਵੇਂ ਸੱਦ ਲਿਆ ਇਹਨੂੰ ਸੱਦੀ ਲਿਆ ਸੱਦੀ ਲਿਆ ਈ ਵਰਤੋ ਕੱਲ ਹੀ ਆਪਾਂ ਨੇ ਉਰੇ ਈ ਦੀ ਵਰਤੋ ਕੱਲ ਹੀ ਆਪਾਂ ਨੇ ਪੋਠੋਹਾਰੀ ਵਿੱਚ ਨੇ ਸੰਬੰਧਕ ਦੀ ਵਰਤੋ ਨਾ ਮਾਤਰੀ ਕੀਤੀ ਜਾਂਦੀ ਹੁਣ ਪਹਿਲੇ ਤਾਂ ਆਪਾਂ ਦੇਖ ਚੁੱਕੇ ਹਾਂ ਮਲਬਈ ਵਿੱਚ ਵੀ ਕੀਤੀ ਜਾਂਦੀ ਸੀ ਠੀਕ ਹੈ ਦੁਆਬੀ ਜਿਵੇਂ ਕੀਤੀ ਜਾਂਦੀ ਸੀ ਮਾਝੀ ਜਿਵੇਂ ਕੀਤੀ ਜਾਂਦੀ ਸੀ ਮਗਰ ਉਰੇ ਨੇ ਦੇ ਸੰਬੰਧ ਤੋਂ ਨਹੀਂ ਹੁੰਦੀ ਠੀਕ ਹੈ ਜਿਵੇਂ ਚਾਚੇ ਨੇ ਕਿਹਾ ਠੀਕ ਹੈ ਨੇ ਦੇ ਸੰਬੰਧ ਵਿੱਚ ਵਰਤ ਹੋ ਰਹੀ ਹੈ ਮਗਰ ਪੋਟੋਵਾਰੀ ਵਿੱਚ ਚਾਚੇ ਕਿਹਾ ਉਰੇ ਵਰਤੇ ਜਾਂਦੇ ਬਾਬੇ ਨੇ ਦੱਸਿਆ ਉਰੇ ਬਾਬੇ ਆਖਿਆ ਠੀਕ ਹੈ ਪੋਟੋਵਾਰੀ ਵਿੱਚ ਕੁਝ ਵਿਸ਼ੇਸ਼ ਪਨਨਾਵੀ ਰੂਪ ਵੀ ਵਰਤੇ ਜਾਂਦੇ ਜਿਵੇਂ ਅਸ ਤੁਸ ਠੀਕ ਹੈ ਮੈਨੂੰ ਕਿਵੇਂ ਬੋਲੇ ਜਾਂਦਾ ਮਿੱਕੀ ਠੀਕ ਹੈ ਤੈਨੂੰ ਕਿਵੇਂ ਤਿੱਕੀ ਠੀਕ ਹੈ ਇਵੇਂ ਵਰਤੇ ਜਾਂਦੇ ਪੋਟੋਵਾਰੀ ਵਿੱਚ ਇਵੇਂ ਵਰਤੇ ਜਾਂਦੇ ਪਨਨਾਵੀ ਰੂਪ ਕਿਵੇਂ ਵਰਤੇ ਜਾਂਦੇ ਨੇ ਅਸ ਤਸ ਮਿੱਕੀ ਤਿੱਕੀ ਠੀਕ ਹੈ ਫਰੈਂਡਸ ਮ ਵਿਸ਼ੇਸ਼ ਸ਼ਬਦਾਵਲੀ ਕਿੱਡ ਕਿੱਡੀ ਹੋ ਸਕਦੀ ਹੈ ਠੀਕ ਹੈ ਕਿਵੇਂ ਹੋ ਸਕਦੀ ਜਦ ਤੱਕ ਨੂੰ ਬੱਚਾ ਵੀ ਕਿਹਾ ਜਾ ਸਕਦਾ ਹੈ ਕਿਨ ਨੂੰ ਲੈ ਵੀ ਕਿਹਾ ਜਾ ਸਕਦਾ ਕਾਸ਼ਕ ਨੂੰ ਚਮਚਾ ਠੀਕ ਹੈ ਜਿਵੇਂ ਨਵੇਂ ਬੱਚਾ ਜਦ ਤੱਕ ਕਿਹਾ ਜਾ ਸਕਦਾ ਮੈਂ ਉਲਟਾ ਬੋਲ ਗਿਆ ਔਰੇ ਮ ਉਹ ਰੇਵੇਂ ਹੋਏਗਾ ਬੱਚਾ ਨੂੰ ਜਦ ਤੱਕ ਕਿਹਾ ਜਾ ਸਕਦਾ ਲੈ ਨੂੰ ਕਿਨ ਠੀਕ ਹੈ ਚਮਚਾ ਕਾਸ਼ਕ ਕਾਸ਼ਕ ਠੀਕ ਹੈ ਇਸ ਤਰ੍ਹਾਂ ਵਰਤਿਆ ਜਾਂਦਾ ਹੈ ਤੁਸੀਂ ਬਿਲਕੁਲ ਵੀ ਚਿੰਤਾ ਨਾ ਕਰੋ ਜਿਹੜੇ ਵੀ ਉਹ ਆਪਾਂ ਨੇ ਨਾਂ ਪੜਨਾਵ ਸਾਰਾ ਦੇਖਣਾ ਠੀਕ ਹੈ ਉਹਦੇ ਸਿਰਮਾਜਮਾ ਸਿਰ ਤੁਹਾਨੂੰ ਭਾਸ਼ਾ ਤੇ ਉਪਭਾਸ਼ਾ ਬਾਰੇ ਦੱਸਿਆ ਠੀਕ ਹੈ ਆਪਾਂ ਹਰੇਕ ਦੀ ਡਿਟੇਲਿੰਗ ਚ ਕਰਾਂਗੇ ਠੀਕ ਹੈ ਨਾ ਫਰੈਂਡਸ ਇਹ ਮੇਰੇ ਖੁਦ ਦੇ ਨੋਟਸ ਹੈ ਆਪਣੇ ਨੋਟਸ ਵਿੱਚੋਂ ਮੈਂ ਤੁਹਾਨੂੰ ਪੂਰੀ ਡਿਟੇਲਿੰਗ ਸਮਝਾ ਰਿਹਾ ਠੀਕ ਹੈ ਸੋ ਆਪਣੇ ਆਉਣ ਵਾਲੇ ਲੈਕਚਰ ਚ ਆਪਾਂ ਹੌਲੀ ਹੌਲੀ ਸਾਰੀ ਚੀਜ਼ਾਂ ਦੀ ਕਲੈਰਟੀ ਆਉਂਦੀ ਜਾਏਗੀ ਜੇ ਤੁਹਾਨੂੰ ਤਾਂ ਵੀ ਕੋਈ ਪ੍ਰੋਬਲਮ ਆਵੇ ਤੁਸੀਂ ਕਮੈਂਟ ਸੈਕਸ਼ਨ ਵਿੱਚ ਪੁੱਛੋ ਮੈਂ ਤੁਹਾਨੂੰ 100% ਰਿਪਲਾਈ ਕਰਾਂਗਾ ਠੀਕ ਹੈ ਜੇ ਤੁਹਾਨੂੰ ਮੇਰਾ ਲੈਕਚਰ ਅੱਛਾ ਲੱਗਿਆ ਹੋਵੇ ਕਿਰਪਾ ਕਰਕੇ ਲਾਈਕ ਕਰਿਓ ਤੇ ਸ਼ੇਅਰ ਕਰਿਓ ਠੀਕ ਹੈ ਫਰੈਂਡਸ ਜੇ ਤੁਹਾਨੂੰ ਕੋਈ ਵੀ ਪ੍ਰੋਬਲਮ ਆਵੇ ਤੁਸੀਂ ਕਮੈਂਟ ਕਰਿਓ ਠੀਕ ਹੈ ਇਹ ਆਪਣਾ ਪਹਿਲਾ ਲੈਕਚਰ ਹੈ ਠੀਕ ਹੈ ਜੇ ਮੇਰੇ ਤੋਂ ਵੀ ਕੋਈ ਕੋਈ ਗਲਤੀ ਹੋ ਜਾਵੇ ਤਾਂ ਮੈਨੂੰ ਮਾਫ ਕਰਿਓ ਤੇ ਦੱਸਿਓ ਜੇ ਕੋਈ ਪ੍ਰੋਬਲਮ ਆਵੇ ਠੀਕ ਹੈ ਓਕੇ ਥੈਂਕ ਯੂ